ਪਹਿਲੇ ਪਿਆਰ ਦੀ ਗੱਲ ਜਾਂ ਪਹਿਲੀ ਵਾਰੀ ਸਿਨੇਮਾ ਵੇਖਣ ਦੀ ਗੱਲ ਜਾਂ ਪਹਿਲੀ ਵਾਰੀ ਪਏ ਖਾਸ ਵਿਛੋੜੇ ਦੀ ਗੱਲ ਜਾਂ ਖਾਸ ਮਿਲਾਪ ਦੀ ਗੱਲ ਉਹਦਾ ਅਸਰ ਕੁਛ ਆਪਣੀ ਤਰ੍ਹਾਂ ਦਾ ਹੀ ਹੁੰਦਾ ਪੰਜਾਬ ਬਾਰੇ ਇਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਵੀ ਜਿਹੜੇ ਹੁੰਦੇ ਨੇ ਇਹ ਇਹੀ-ਇਹੀ ਇਹਨਾਂ ਦੇ ਮਾਲਕ ਨੇ ਇਹ ਪੰਜਾਬ ਦੇ ਵਿੱਚੋਂ ਨਿਕਲਦੇ ਵੀ ਜਾਣੇ ਆ ਪੰਜਾਬ ਚ ਆਉਂਦੇ ਵੀ ਜਾਣੇ ਆ ਜਿਹੜੇ ਆਉਂਦੇ ਜਾਣ ਕੇ ਪੰਜਾਬੀ ਬਣਦੇ ਜਾਣੇ ਆ ਸਾਡੇ ਪਿੰਡ ਦੇ ਕੋਲ ਦੀ ਨਹਿਰ ਲੰਘਦੀ ਆ ਉਹ ਜਿੱਥੇ ਖਾੜਾ ਪਿੰਡਾਂ ਨਾਲ ਉਥੇ ਖਾੜੇ ਵਾਲੀ ਵੱਜਦੀ ਆ ਅੱਗੇ ਡੱਲੇ ਵਾਲੀ ਵੱਜਦੀ ਆ ਅੱਗੇ ਉਹ ਦੌਧਰ ਵਾਲੀ ਵੱਜਦੀ ਆ ਫਿਰ ਘੋਲੀਏ ਵਾਲੀ ਤੇ ਬਠਿੰਡੇ ਕੋਲੇ ਬਠਿੰਡੇ ਵਾਲੀ ਬਣ ਜਾਂਦੀ ਆ ਇਹੀ ਬੰਦਾ ਜਿੱਥੇ ਜਿੱਥੇ ਜਾਊਗਾ ਉਥੋਂ ਦੇ ਸੱਬਿਆ ਜਰਚ ਰੰਗਿਆ ਜਾਊਗਾ Uh, 1990 ਦੇ ਵਿੱਚ ਮੈਂ ਪਹਿਲੀ ਵਾਰ ਅਮਰੀਕਾ ਗਿਆ ਸੀ ਮੇਰਾ ਭਰਾ ਉੱਥੇ ਦਾ ਸਿਟੀਜਨ ਆ ਉਹ ਹੁਣ ਤਾਂ ਡੱਬਰ ਦੇ ਕਾਫੀ ਜੀ ਉੱਥੇ ਚਲੇ ਗਏ ਆ ਬੇਕਸਫੀਲਡ ਮੈਂ ਲਾਸ ਐਂਜਲਸ ਉਤਰਿਆ ਸੀਗਾ ਸਾਰਾ ਸੀਨ ਮੈਂ ਉਹਦੇ ਵਿੱਚ ਪੇਸ਼ ਕੀਤਾ ਵੀ ਕਿਵੇਂ ਦਿੱਲੀ ਦੇ 에ਰਪੋਰਟ ਦੇ ਉੱਤੇ ਜਿਹੜਾ ਦਵਾਬੇ ਤੋਂ ਬੰਦਾ ਆਇਆ ਵੀ ਕਿਵੇਂ ਉਹ ਰੰਬੇ ਕਈਆਂ ਵੀ ਨਾਲ ਲੈ ਕੇ ਜਾ ਰਿਹਾ ਔਰ ਪੁੱਛ ਵੀ ਰਿਹਾ ਇਹਨੂੰ ਕੋਈ ਰਾਹ ਤੇ ਰੋਕੂ ਤਾਂ ਨਹੀਂ ਤੇ ਉਹਨਾਂ ਨੇ ਕਿਹਾ ਵੀ ਰੋਕ ਵੀ ਸਕਦੇ ਆ ਭਾਈ ਇਹ ਤਾਂ ਤਿੱਖੀਆਂ ਹੁੰਦੀਆਂ ਆ 90 ਦੇ ਵਿੱਚ ਤਾਂ ਉਦੋਂ ਦਿਨ ਵੀ ਇਹੋ ਜਿਹੇ ਸੀਗੇ ਕਹਿੰਦਾ ਮੈਂ ਕਿਹਾ ਤੂੰ ਉੱਥੇ ਨਹੀਂ ਮਿਲਦੀਆਂ ਜੂਬਾ ਸਿਟੀ ਕਹਿੰਦਾ ਮੈਂ ਜੂਬਾ ਸਿਟੀ ਜਾਣਾ ਮੈਂ ਕਿਹਾ ਉੱਥੇ ਨਹੀਂ ਮਿਲਣਗੀਆਂ ਕਹਿੰਦਾ ਉੱਥੇ ਮਿਲਦਾ ਜਾਂਦੀਆਂ ਉਹ ਕਹਿੰਦਾ ਤਿੰਨ ਕੁੰਗਲਾਂ ਹੀ ਹੁੰਦੀਆਂ ਰੰਬੀ ਜੀ ਉਹਦੇ ਨਾਲ ਕੰਮ ਕਰਨ ਦਾ ਸਵਾਦ ਨਹੀਂ ਆਉਂਦਾ ਚੰਗਾ ਪੂਰਾ ਹੀ ਰੰਬਾ ਚਾਹੀਦਾ ਤੋ ਉਥੋਂ ਲੈ ਕੇ ਵੀਜ਼ਾ ਮੈਨਣ ਤੋਂ ਲੈ ਕੇ ਜਿਹੜਾ ਅਮਰੀਕਨ ਬੇਸ 'ਚ ਜੋ ਵੀਜ਼ਾ ਲਿਆ ਹੈ ਉਹ ਕਿਉਂਕਿ ਵੀਜ਼ਾ ਵੀ ਕਈ ਵਾਰੀ ਇਨਕਾਰ ਹੋ ਜਾਂਦਾ ਸੀ ਕਈ ਵਾਰੀ ਮਿਲ ਜਾਂਦਾ ਸੀਗਾ ਲੰਮੀ ਕਹਾਣੀ ਆ ਉਹਦੇ ਵਿੱਚ ਹੀ ਸਾਰੀ ਦਿੱਤੀ ਹੋਈ ਆ ਤਾਂ ਮੈਂ ਉਹ ਸਾਰਾ ਕੁਝ ਉਹਦੇ ਵਿੱਚ ਬਿਆਨ ਕੀਤਾ ਵੀਜ਼ਾ ਮਿਲਣ ਲੈਣ ਤੋਂ ਸ਼ੁਰੂ ਕਰਕੇ ਸਫ਼ਰ ਕਰਨਾ ਫਿਡੂਆ ਰਾਹ ਚ ਮਿਲਣਾ ਨਰੀਟਾ 에ਅਰਪੋਰਟ ਤੇ ਜਾਣਾ ਫਿਰ ਉੱਥੇ ਅੱਗੇ ਜਾਣਾ ਫਿਰ ਬੇਕਸਫੀਲਡ ਪਹੁੰਚਣਾ ਸੱਜਣਾ ਦੇ ਸ਼ਹਿਰ ਪਹੁੰਚਣਾ ਫਿਰ ਉਸ ਤੋਂ ਬਾਅਦ ਫ੍ਰਿਜ਼ਨੋ ਦਾ ਬਾਗਾਂ ਦੇ ਬਾਗਾਂ ਦੀ ਧਰਤੀ ਫਿਰ ਉਸ ਦਾ ਯੂਨੀਵਰਸਲ ਸਟੂਡੀਓ ਵੇਖਣਾ ਨੋ ਡਿਜ਼ਨੀ ਲੈਂਡ ਵੇਖਣਾ ਜਾਂ ਰੀਨੋ ਜਾਂ ਦੂਜੇ ਹਜੇ ਯੂਐਸਾ ਦੇ ਸ਼ਹਿਰ ਦੇਖਣੇ ਜਾਂ ਅੱਗੇ ਕੈਨੇਡਾ ਦੇ ਵਿੱਚ ਬਾਬਿਆਂ ਦੇ ਸਾਥ ਦੇ ਵਿੱਚ ਵੀ ਜਾਣਾ ਜਿੱਥੇ ਬਜ਼ੁਰਗ ਇਕੱਠੇ ਹੁੰਦੇ ਨੇ ਉਹ ਜਿਹੜਾ ਸੀ ਮੇਰਾ ਸਫਰਨਾਮਾ ਪਹਿਲਾਂ ਇੰਡੋ ਕੈਨੇਡੀਅਨ ਟਾਈਮਜ਼ ਤੇ ਇਧਰ ਪੰਜਾਬੀ ਟ੍ਰਿਬਿਊਨ ਦੇ ਵਿੱਚ ਕਿਸ਼ਤਵਾਰ ਛਪਦਾ ਰਿਹਾ ਫਿਰ ਉਹਨੂੰ ਸੋਧ-ਸਾਧ ਕੇ ਤੇ ਉਹ ਜਦੋਂ ਕਿਤਾਬੀ ਰੂਪ ਦੇ ਵਿੱਚ ਛਾਪਿਆ ਤਾਂ ਉਹ 6 ਸਾਲ ਵਾਸਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਏ ਦੀ ਕਲਾਸ ਦੇ ਵਿੱਚ ਪੜਾਇਆ ਜਾਂਦਾ ਰਿਹਾ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਤੁਸੀਂ ਪੁੱਛਿਆ ਨਾ ਬੜਾ ਕੁਝ ਰੋਚਕ ਦੇਖਣ ਨੂੰ ਮਿਲਿਆ ਇਹ ਉਦੋਂ ਤੁਹਾਨੂੰ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਪਹਿਲੇ ਪਿਆਰ ਦੀ ਗੱਲ ਜਾਂ ਪਹਿਲੀ ਵਾਰੀ ਦਾਰੂ ਪੀਣ ਦੀ ਗੱਲ ਜਾਂ ਪਹਿਲੀ ਵਾਰੀ ਸਿਨੇਮਾ ਵੇਖਣ ਦੀ ਗੱਲ ਜਾਂ ਪਹਿਲੀ ਵਾਰੀ ਪਏ ਖਾਸ ਵਿਛੋੜੇ ਦੀ ਗੱਲ ਜਾਂ ਖਾਸ ਮਿਲਾਪ ਦੀ ਗੱਲ ਉਦਾ ਅਸਰ ਕੁਛ ਆਪਣੀ ਤਰ੍ਹਾਂ ਦਾ ਹੀ ਹੁੰਦਾ ਹੋਂ ਕਿੰਨੇ ਸਾਲ ਹੋ ਗਏ ਉੱਥੇ ਰਹਿੰਦਿਆਂ ਨੂੰ ਉਸ ਤਰ੍ਹਾਂ ਦੀ ਸਿੱਦਤ ਉਸ ਤਰ੍ਹਾਂ ਦਾ ਅਹਿਸਾਸ ਹੁਣ ਨਹੀਂ ਉਸ ਤਰ੍ਹਾਂ ਦਾ ਹੁੰਦਾ ਜਿੰਨਾ ਕੋਈ ਵੀ ਚੀਜ਼ ਦੇਖਣੀ ਵੀ ਹੈ ਇਹੇ ਜੇ ਘਰ ਇਹ ਇਹ ਜੀਆਂ ਡਿਜ਼ਨੀ ਲੈਂਡ ਦੀਆਂ ਟਾਣੀਆਂ ਇਹੋ ਜਹਾ ਕੁਛ ਇਹੋ ਜੀ ਬਾਬਿਆਂ ਦੇ ਸਾਥ ਤੇ ਉਹ ਬਾਬਿਆਂ ਦੇ ਸਾਥ ਜਿਹੜੀ ਸੀਗੀ ਉਹਦੇ ਚ ਬਾਬੇ ਗੱਲਾਂ ਕਰਦੇ ਆ ਉੱਥੋਂ ਨਹੀਂ ਆ ਉਹਨਾਂ ਨੂੰ ਪੁੱਛਣੀਆਂ ਜਾਣ ਕੇ ਵੀ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਉਦੋਂ ਤਾਂ ਆਪਣੇ ਜੋ ਗੁਰਦੇਵ ਸਿੰਘ ਮਾਨ ਇਹ ਵੀ ਹੁੰਦੇ ਸੀਗੇ ਜਿੰਨੇ ਅਸੀਂ ਉੱਥੇ ਹੀ ਸੀਗੇ ਤਾਂ ਉਹਨਾਂ ਨੇ ਕਈਆਂ ਨੇ ਕਹਿਣਾ ਜਿਹੜੇ ਸਾਨੂੰ ਚੰਗਾ ਲੱਗਦਾ ਕਈਆਂ ਨੇ ਕਹਿਣਾ ਮਾੜਾ ਲੱਗਦਾ ਜਿਨੇ ਕਿਸੇ ਨੇ ਮਾੜਾ ਕਹਿਣਾ ਉਹਨੂੰ ਨਾਲ ਦੇ ਨਹੀਂ ਕਹਿ ਦੇਣਾ ਲੈ ਇਹਦੇ ਅਰਗੇ ਕਹਿੰਦਾ ਇੱਥੇ ਇਹਨੂੰ ਮਾੜਾ ਗਿਣੀ ਜਾਂਦਾ ਕੈਂਡੀਡੇਟਾਂ ਨੂੰ ਇਹੇ ਜਿਹੇ ਨੂੰ ਕਹਿੰਦਾ ਪਿੰਡ ਦੇ ਵਿੱਚ ਅ ਕਸ਼ਰੀ ਨਹੀਂ ਸੀ ਜੁੜਦੀ ਇੱਥੇ ਹੁਣ ਇਹ ਕੋਟ ਪੈਂਟ ਪਾਈ ਬੈਠਾ ਅਜੇ ਵੀ ਨਿੰਦੀ ਜਾਂਦਾ ਕਹਿੰਦਾ ਉਹ ਕਹਿੰਦਾ ਜਾਣਦਾ ਮੈਂ ਤੈਨੂੰ ਕਹਿੰਦਾ ਤੈਨੂੰ ਰੋਟੀ ਤਾਂ ਦਿੰਦੇ ਨਹੀਂ ਘਰ ਦੇ ਉਹ ਆਪ ਆ ਕੇ ਆ ਗਿਆ ਸੁੱਟ ਜਾ ਇੱਥੇ ਬਹਿ ਜਾ ਤੂੰ ਖਾਣਾ ਤੈਨੂੰ ਕੋਈ ਖਾਉਂਦਾ ਰੋਟੀ ਤਾਜੀ ਉੱਥੇ ਕਹਿੰਦਾ ਕਿ ਚੁੱਲ੍ਹੇ 'ਚ ਰੱਤ ਮਾਰੀ ਦੀ ਆ ਵੀ ਆ ਰੋਟੀ ਠੰਡੀ ਐ ਮੈਨੂੰ ਤੀ ਦੱਤੀ ਰੋਟੀ ਦੇ ਸੋ ਉਹਨਾਂ ਦੀਆਂ ਗੱਲਾਂ ਬਾਤਾਂ ਦੇ ਵਿੱਚ ਜਿਹੜਾ ਸੀ ਆ ਰਾਸ ਜਾਂ ਉੱਥੋਂ ਦਾ ਉਹਨਾਂ ਦੇ ਵਿੱਚ ਇਧਰਲਾ ਪੰਜਾਬੀ ਬੋਲਦਾ ਉਧਰਲਾ ਕੈਨੇਡਾ ਵੀ ਬੋਲਦਾ ਤੋ ਇਹ ਜਿਹੜੀਆਂ ਗੱਲਾਂ ਜਿਹੜੀਆਂ ਮੈਂ ਨੋਟ ਕਰਦਾ ਗਿਆ ਉਦੋਂ ਬਾਦੌ ਸਫਰਨਾਮਾ ਲਿਖਿਆ ਉਹ ਸਫਰਨਾਮਾ ਮੈਨੂੰ ਅਜ ਵੀ ਲੱਗਦਾ ਕਿ ਜੇ ਮੈਂ ਅੱਜ ਲਿਖਣਾ ਹੋਵੇ ਮੈਥੋਂ ਉਹ ਜਨਾ ਲਿਖਿਆ ਜਾਊਗਾ ਜਿਹੋ ਜਮਾ ਉਦੋਂ ਲਿਖ ਸਕਿਆ ਕਿਉਂਕਿ ਉਹਦਾ ਪਹਿਲਾ ਅਹਿਸਾਸ ਸੀਗਾ ਹਾਲਾਂਕਿ ਮੈਂ ਸਵਾ ਦੋ ਮਹੀਨੇ ਰਿਹਾ ਸੀ ਪਰ ਸਵਾ ਦੋ ਮਹੀਨਾ ਦੇ ਵਿੱਚ ਮੈਂ ਜਿੰਨੀ ਨਿਰਖਣ ਨਾਲ ਉਹ ਚੀਜ਼ਾਂ ਨੂੰ ਦੇਖ ਸਕਿਆ ਜਿੰਨੀ ਅਨਜੋੜਤਾ ਦੇਖੀ ਵਿਆਹਾਂ ਦੇ ਵਿੱਚ ਜਾਂ ਜਿੰਨੀ ਅਮੀਰੀ ਦੇ ਅੰਦਰ ਲੁਕੀ ਹੋਈ ਗਰੀਬੀ ਦੇਖੀ ਜਾਂ ਜਿੰਨਾ ਦਿਖਾਵਾ ਦੇਖਿਆ ਜਾਂ ਜਿੰਨਾ ਕੁਝ ਉੱਥੇ ਜਿੰਨੀ ਮੁਸ਼ਕਿਲ ਦੇਖੀ ਉਹ ਜੋ ਕੁਝ ਮੈਂ ਉਹਦੇ ਵਿੱਚ ਪੇਸ਼ ਕਰ ਸਕਿਆ ਹੁਣ ਭਾਵੇਂ ਮੈਨੂੰ ਬਹੁਤ ਉਥੋਂ ਦਾ ਪਤਾ ਹੈਗਾ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਉਥੋਂ ਦੇ ਰੇਡੀਓ ਤੋਂ ਉਥੋਂ ਦੇ ਟੀਵੀ ਤੋਂ ਅਖਬਾਰਾਂ ਦੇ ਵਿੱਚ ਆਈਦਾ ਮੀਡੀਆ ਦੇ ਵਿੱਚ ਪਤਾ ਲੱਗਦਾ ਰਹਿੰਦਾ ਸਭ ਕੁਝ ਅਸੇ ਦਾ ਪਰ ਹੁਣ ਉਸ ਦਾ ਅਹਿਸਾਸ ਹੁੰਦਾ ਨਹੀਂਗਾ ਜਿਹਾ ਜਿਹੋ ਜਿਹਾ ਅਹਿਸਾਸ ਉਹਨੂੰ ਪਹਿਲੀ ਵਾਰੀ ਜਾ ਕੇ ਉਹਨੂੰ ਦੇਖਣ ਦਾ ਹੋਇਆ ਸੀਗਾ ਉਮੇ ਲਿਖਿਆ ਫਿਰ ਉਸ ਤੋਂ ਬਾਅਦ ਮੈਂ ਲਿਖਿਆ ਫੇਰੀ ਬਤਨਾ ਦੀ ਪੇਕਾ ਨੂੰ ਜਾਨਵਰਗਾਚਾਂ ਜਦੋਂ ਉਥੋਂ ਸ਼ੁਰੂ ਕੀਤਾ ਤੇ ਅਖੀਰ ਤੇ ਤੁਰਪੁਰ ਦੇਸ ਗਿਓਂ ਬੂਹਾ ਵਜਿਆ ਉੱਥੇ ਤੱਕ ਉਹ ਮੈਨੂੰ ਪਤਾ ਹੈ ਕਿ ਉਹ ਮੈਂ ਉੱਥੇ ਜਾ ਕੇ ਲਿਖ ਸਕਦਾ ਸੀ ਉਹ ਮੈਂ ਪੰਜਾਬ 'ਚ ਰਹਿੰਦੇ ਨਹੀਂ ਸੀ ਲਿਖ ਸਕਦਾ ਆ ਪ੍ਰਵਾਸ ਦੀਆਂ ਗੱਲਾਂ ਚੱਲਦੀਆਂ ਪ੍ਰਵਾਸੀ ਸੱਜਦੀਆਂ ਜਿਹੜਾ ਪ੍ਰਵਾਸ ਆ ਇਹਦੇ ਮੁੱਢ ਤੋਂ ਹੀ ਆ ਜਦੋਂ ਤੋਂ ਇਹ ਦੁਨੀਆ ਬਣੀ ਆ ਪਹਿਲਾਂ ਤਾਂ ਉੱਥੇ ਸਾਡਾ ਮਨੁੱਖਤਾ ਪੈਦਾ ਹੋਇਆ ਸਰ ਤੋਂ ਪਹਿਲਾਂ ਅਫਰੀਕਾ ਦੇ ਵਿੱਚ ਅਫਰੀਕਾ ਤੋਂ ਹੀ ਗਾਂ ਦੀ ਗਾਂ ਹੋ ਫੈਲਰਦਾ ਗਿਆ ਤੇ ਪੰਜਾਬ ਤਾਂ ਸਾਡਾ ਹੈ ਹੀ ਪਰਵਾਸੀਆਂ ਦਾ ਇਲਾਕਾ ਇੱਥੇ ਤਾਂ ਪ੍ਰਵਾਸ ਆਉਂਦਾ ਵੀ ਆ ਤੇ ਜਾਂਦਾ ਵੀ ਆ ਜਿਹੜੇ ਉਦੋਂ ਦੇ ਪਹਿਲੇ ਸਾਡੇ ਪ੍ਰਵਾਸੀ ਪਹਿਲੇ ਪੰਜਾਬੀ ਸੀਗੇ ਕੁਝ ਹਜ਼ਾਰ ਸਾਲ ਪਹਿਲਾਂ ਜਿਨ੍ਹਾਂ ਨੂੰ ਦਰਾਵੜ ਕਿਹਾ ਜਾਂਦਾ ਸੀਗਾ ਉਹ ਤਾਂ ਹਮਲਾਵਾ ਆਵਰਾਂ ਦੇ ਧੱਕੇ ਹੋਏ ਉਹ ਤਾਂ ਤਾਮਲ ਉੱਥੇ ਪਰਾਂ ਲੰਕਾ ਤੱਕ ਚਲੇ ਗਏ ਅਸਲੀ ਪੰਜਾਬੀ ਉਹ ਕਹਣਗੇ ਵੀ ਅਸੀਂ ਉਦੋਂ ਦੇ ਉੱਥੋਂ ਦੇ ਸੀਗੇ ਤੇ ਜਿਹੜੇ ਆਹ ਮਹਾਰਾਜਾ ਪਟਿਆਲੇ ਦਾ ਜਿਹੜਾ ਖਾਨਦਾਨ ਆ ਇਹ ਤਾਂ ਜੈਸਲਮੇਰ ਤੋਂ ਉੱਠ ਕੇ ਆਇਆ ਸੀ ਇੱਧਰ ਅੱਜ ਜਨਾਬ ਸਿੱਧੂ ਲਾਣਾ ਹੈਗਾ ਇਹ ਜੈਸਲਮੇਰ ਤੋਂ ਉੱਠ ਕੇ ਆਇਆ ਇੱਧਰ ਇਹ ਰਾਜੇ ਬਣੇ ਹੋਏ ਨੇ ਪੰਜਾਬ ਦੇ ਪੰਜਾਬ ਆਉਣ ਜਾਣ ਵਾਲਿਆਂ ਦਾ ਦੇਸ਼ ਹੈ ਪੰਜਾਬ ਬਾਰੇ ਇਸ ਕਰਕੇ ਇਹ ਨਹੀਂ ਕਹਿਣਾ ਚਾਹੀਦਾ ਕਿ ਵੀ ਜਿਹੜੇ ਹੁੰਦੇ ਨੇ ਇਹ ਹੀ ਇਹ ਹੀ ਇਹਨਾਂ ਦੇ ਮਾਲਕ ਨੇ ਇਹ ਪੰਜਾਬ ਦੇ ਵਿੱਚੋਂ ਨਿਕਲਦੇ ਵੀ ਜਾਣੇ ਆ ਪੰਜਾਬ ਚ ਆਉਂਦੇ ਵੀ ਜਾਣੇ ਆ ਜਿਹੜੇ ਆਉਂਦੇ ਜਾਣ ਕੇ ਪੰਜਾਬੀ ਬਣਦੇ ਜਾਣੇ ਆ ਮੈਂ ਕਦੇ ਲਿਖਿਆ ਸੀਗਾ ਕਿ ਸਭਿਆਚਾਰ ਵਗਦਾ ਵਹਿਣ ਹੁੰਦਾ ਇਹ ਸਾਡੇ ਪਿੰਡ ਦੇ ਕੋਲ ਦੀ ਨਹਿਰ ਲੰਘਦੀ ਆ ਉਹ ਜਿੱਥੇ ਖਾੜਾ ਪਿੰਡਾਂ ਨਾਲ ਉਥੇ ਖਾੜੇ ਵਾਲੀ ਵੱਜਦੀ ਆ ਅੱਗੇ ਡੱਲੇ ਵਾਲੀ ਵੱਜਦੀ ਆ ਅੱਗੇ ਉਹ ਦੌਧਰ ਵਾਲੀ ਵੱਜਦੀ ਆ ਫਿਰ ਘੋਲੀਏ ਵਾਲੀ ਤੇ ਬਠਿੰਡੇ ਕੋਲੇ ਬਠਿੰਡੇ ਵਾਲੀ ਬਣ ਜਾਂਦੀ ਏ ਇਹੀ ਬੰਦਾ ਜਿੱਥੇ ਜਿੱਥੇ ਜਾਊਗਾ ਉਥੋਂ ਦੇ ਸੱਬਿਆ ਜਰਚ ਰੰਗਿਆ ਜਾਊਗਾ ਉਥੋਂ ਦੀ ਰਹਿਤਲ ਚ ਰੰਗਿਆ ਜਾਊਗਾ ਉਹ ਜਾ ਬਣਦਾ ਜਾਊਗਾ ਪੰਜਾਬ 'ਚ ਜਿਹੜਾ ਆਊਗਾ ਪੰਜਾਬ ਦੀ ਰਹਿਤਲ ਚ ਰੰਗਿਆ ਜਾਊਗਾ ਉਹ ਜਾ ਬਣਦਾ ਜਾਊਗਾ ਆ ਸਾਡੇ ਹੁਣ ਜਿਹੜੇ ਪੰਜਾਬ ਦੇ ਵਿੱਚ ਆ ਰਹੇ ਆ ਦੂਜੇ ਥਾਵਾਂ ਤੋਂ ਜੇ ਭਾਈ ਕੈਪਟਨ ਨਰਿੰਦਰ ਸੋਗਣਾ ਦੇ ਵੱਡ ਬਡੇਰੇ ਉਹ ਆਕੇ ਪੰਜਾਬੀ ਬਣ ਗਏ Rajasthan ਤੋਂ ਉਹ ਬਣ ਗਏ ਨਾ ਪੰਜਾਬੀ ਪੰਜਾਬੀ ਬਣੇ ਨਹੀਂ ਨੀ ਬਲਕੇ ਰਾਜੇ ਬਣ ਗਏ ਮੁੱਖ ਮੰਤਰੀ ਬਣ ਗਏ ਤੇ ਜੇ ਬਾਬਾ ਫਰੀਦ ਸ਼ੇਖ ਫਰੀਦ ਸਾਡਾ ਆਦ ਕਵੀ ਆ ਪੰਜਾਬੀ ਦਾ ਵੱਡਾ ਕਵੀ ਹੈ ਉਹਦੇ ਵੱਡ ਬਡੇਰੇ ਜਿਹੜੇ ਸੀਗੇ ਉਹ ਤਾਂ ਅਫਗਾਨਿਸਤਾਨ ਸੀਗੇ ਉੱਥੇ ਉਹ ਹਾਕਮ ਜਮਾਤ ਦੇ ਵਿੱਚੋਂ ਸੀਗੇ ਕਲੇਸ਼ ਪੈ ਗਿਆ ਜਮਾਤ ਦੇ ਵਿੱਚ ਤਾਂ ਉਹਨਾਂ ਦੇ ਬਾਬੇ ਨੂੰ ਇਧਰ ਨਿਕਲ ਆ ਪਿਆ ਪੰਜਾਬ ਚ ਆਇਆ ਪਸ਼ਤੂ ਬੋਲੀ ਸੀ ਉਹਨਾਂ ਦੀ ਇੱਥੇ ਆ ਕੇ ਪਾਕਪਟਨ ਮੁਲਤਾਨ ਦੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਦੀ ਬੋਲੀ ਪੰਜਾਬੀ ਬਣ ਗਈ ਸਾਡਾ ਪੰਜਾਬੀ ਦਾ ਸ਼ਹਿਰ ਆ ਉਹ ਬਾਬਾ ਫਰੀਦ ਉਹਦੇ ਵੱਡੇ ਬਡੇਰੇ ਪੰਜਾਬੀ ਥੋੜੋ ਸੀ ਸਾਡੇ ਹੁਣ ਮੇਰੇ ਪੁੱਤ ਪੋਤੇ ਗਾਹਾਂ ਜਿਹੜੇ ਹੈਗੇ ਪੋਤੀਆਂ ਜਿਹੜੀਆਂ ਜਾਂ ਪੋਤੇ ਆ ਜਾਂ ਉਦੋਂ ਗਾਹ ਹੋਣਗੇ ਕੈਨੇਡਾ ਦੀ ਧਰਤੀ ਤੇ ਜਮ੍ਹਾਂ ਕੈਨੇਡੀਅਨ ਬਣਨਗੇ ਕੈਨੇਡੀ ਰਹਿ ਤੱਕ ਕੈਨੇਡੀਅਨ ਰਹਿ ਤੱਕ ਦੇ ਵਿੱਚ ਰੰਗੇ ਜਾਣਗੇ ਉੱਥੋਂ ਦੀ ਬੋਲੀ ਉਹਨਾਂ ਦੇ ਹਾਵੀ ਹੋਊਗੀ ਉਤਾਂ ਦਾ ਸੱਭਿਆਚਾਰ ਉਹਨਾਂ ਦੇ ਹਾਵ ਉਹ ਤਾਂ ਵਿਆਹ ਕਰਾਉਣ ਵੇਲੇ ਵੀ ਅੰਗਰੇਜ਼ੀ ਚ ਬੋਲਣਗੇ ਅਸੀਂ ਉਹਨਾਂ ਧੱਕੇ ਨਾਲ ਪੰਜਾਬੀ ਬੁਲਾ ਨਹੀਂ ਸਕਦੇ ਸੋ ਇਸ ਤਰੀਕੇ ਦੇ ਨਾਲ ਮੈਂ ਪਿਛਲੀ ਵਾਰੀ ਕਿਤੇ ਹੋਇਆ ਤਾਂ ਮੈਨੂੰ ਇਹ ਗੱਲ ਕਹੀ ਗਈ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਹੁਤ ਫਿਕਰ ਕਰਦੀ ਹੈ ਪੰਜਾਬੀ ਦਾ ਪੰਜਾਬੀ ਸੱਭਿਆਚਾਰ ਦਾ ਪੰਜਾਬੀਅਤ ਦਾ ਔਰ ਕਹਿੰਦੀ ਆ ਕਿ ਵੀ ਜਿਹੜੇ ਪਰਦੇਸਾਂ ਚ ਗਏ ਆ ਉਹ ਪੰਜਾਬੀ ਬਣੇ ਰਹਿਣ ਉਹ ਪੰਜਾਬੀ ਬਾਣਾ ਨਾ ਛੱਡਣ ਪੰਜਾਬੀ ਰਸਮ ਰਿਵਾਜ ਨਾ ਪੰਜਾਬੀ ਵਿਰਸਾ ਨਾ ਛੱਡਣ ਪੰਜਾਬੀ ਭਾਸ਼ਾ ਨਾ ਛੱਡਣ ਪੰਜਾਬੀ ਸਾਹਿਤ ਨਾ ਛੱਡਣ ਸਾਰਾ ਮੈਂ ਖਾ ਵੀ ਤੁਸੀਂ ਆ ਤਾਂ ਕਹੀ ਜਾਂਦੇ ਹੋ ਆ ਲੁਧਿਆਣੇ ਵੀ ਦੀ ਲੰਘੇ ਦੇਖਿਆ ਪਟਿਆਲੇ ਵੀ ਦੀ ਲੰਘੇ ਦੇਖਿਆ ਅੰਮ੍ਰਿਤਸਰ ਵੀ ਦੀ ਲੰਘ ਲੋ ਜਲੰਧਰ ਵੀ ਲੰਘ ਲੋ ਬੋਰਡ ਦਾ ਸਾਰੇ ਅੰਗਰੇਜ਼ੀ ਚ ਲੱਗੇ ਪਏ ਪੰਜਾਬੀ ਤਾਂ ਤੇ ਦੀ ਕਦੇ ਨਹੀਂ ਘਰਾਂ ਦੇ ਵਿੱਚ ਜਾਓ ਤਾਂ ਬੱਚੇ ਜਿਹੜੇ ਹੈਗੇ ਆ ਹਿੰਦੀ ਤੇ ਅੰਗਰੇਜ਼ੀ ਬੋਲਣ ਦੇ ਆ ਮੈਂ ਕਿਹਾ ਅੱਗੇ ਕਹਿੰਦੇ ਹੁੰਦੇ ਸੀ ਗਿਆਸਾਨੇ ਬਈ ਸੌਰੀ ਉਹੀ ਚੱਜ ਨਾਲ ਵੱਸਦੀਆਂ ਸੁਖੀ ਵੱਸਦੀਆਂ ਜਿਨ੍ਹਾਂ ਦੇ ਪੇਕਿਆਂ ਦਾ ਕਿੱਲਾ ਤਕੜਾ ਹੋਵੇ ਤੇ ਜੇ ਪੰਜਾਬ ਦਾ ਕਿੱਲਾ ਤਕੜਾ ਹੋ ਪੰਜਾਬ 'ਚ ਪੰਜਾਬੀ ਸਹੀ ਅਰਥਾਂ ਦੇ ਵਿੱਚ ਇੱਥੋਂ ਦੀ ਰਾਣੀ ਹੋ ਇੱਥੋਂ ਦੀ ਸੱਚੀ ਮੁੱਚੀ ਦੀ ਉਹ ਜਿਹੜੀ ਹੈਗੀ ਆ ਰਾਜਸੀ ਬੋਲੀ ਹੋ ਰੋਜ਼ਗਾਰ ਦੀ ਬੋਲੀ ਹੋ ਔਰ ਸਾਡੇ ਜੀਉਣ ਦੀ ਬੋਲੀ ਹੋ ਤਾ ਬਾਹਲੇ ਦੇਸਾਂ ਦੇ ਵਿੱਚ ਵੀ ਹੋ ਸਕਦਾ ਥੋਡੀ ਇਹ ਬੋਲੀ ਜਉਂਦੀ ਰਹਿ ਜਵੇ ਜੇ ਕਿਲਾ ਇੱਥੇ ਕਮਜ਼ੋਰ ਹੋ ਗਿਆ ਤੇ ਤੁਸੀਂ ਭਾਲਦੇ ਵੀ ਬਾਹਰ ਉਸੇ ਕੈਨੇਡਾ ਦੇ ਵਿੱਚ ਪੰਜਾਬੀ ਹੋਈ ਜਾਵੇ ਜਾਂ ਅਮਰੀਕਾ ਚ ਹੋਈ ਜਾਵੇ ਆਸਟ੍ਰੇਲੀਆ ਚ ਹੋਏ ਬੜੇ ਮੁਸ਼ਕਲ ਗੱਲ ਹੈ ਅੱਜ ਕਿ ਮੈਂ ਇਹ ਡਾਇਲੌਗ ਬੋਲਿਆ ਅਖੀਰ ਤੇ ਕਿਹਾ ਕਿ ਪਿਛਲੀ ਵਾਰ ਦਾ ਡਾਇਲੌਗ ਮੈਨੂੰ ਕਈਆਂ ਨੇ ਕਿਹਾ ਵੀ ਠੀਕ ਬੋਲਿਆ ਵੀ ਸਹਰੀ ਉਹੀ ਜੱਜ ਨਾਲ ਵਸਦੀਆਂ ਵਸਦੀਆਂ ਜਿਨ੍ਹਾਂ ਦਾ ਪੇਕਾਂ ਦਾ ਕਿਲਾ ਡੜੋਵੇ ਮੈਂ ਕਿਹਾ ਅੱਜ ਮੈਂ ਇੱਕ ਹੋਰ ਡਾਇਲੌਗ ਜਿੰਨਾ ਤੁਹਾਨੂੰ ਬੀ ਸੌਰੀਆਂ ਉਹੀ ਚੱਜ ਨਾਲ ਵਸਦੀਆਂ ਜਿਹੜੀਆਂ ਪੇਕਿਆਂ ਨੂੰ ਭੁੱਲ ਜਾਣ ਜਿਹੜੇ ਹਰ ਗੱਲ ਦੇ ਵਿੱਚ ਪੇਕਿਆਂ ਨੂੰ ਉਡਾਉਂਦੀਆਂ ਨੇ ਨਾ ਉਹ ਸੌਰੀਆਂ ਨਹੀਂ ਵਸਦੀਆਂ ਚੱਜ ਨਾਲ ਹੁਣ ਮੈਂ ਖਾਇਦਾ ਮਤਲਬ ਤੁਸੀਂ ਸਮਝ ਲਓ ਵੀ ਕੀ ਨਿਕਲਦਾ ਜਿਹੜੀ ਸਾਡੀ ਧੀ ਭੈਣ ਹਰ ਵੇਲੇ ਪੇਕਿਆਂ ਦਾ ਹੀ ਜਸ ਗਾਈ ਜਾਵੇ ਪੇਕਿਆਂ ਦੀ ਗੱਲ ਕਰੇ ਮੇਰਾ ਮੇਰਾ ਬਾਪ ਐ ਮੇਰਾ ਭਰਾ ਐ ਆਉਦੇ ਹਸਬੰਦ ਨੂੰ ਆਪਦੇ ਦੌਰ ਜੇਠ ਨੂੰ ਆਪਦੇ ਸਾਸੋਰੇ ਨੂੰ ਉਹਦੇ ਚ ਲਿਆ ਗਿਆ ਉਹਦੇ ਪੇਕੇੜਾ ਹੀ ਜਾਵੇ ਨਾ ਉਹ ਵੀ ਸੌਖੀ ਨਹੀਂ ਕੀ ਬਸਦੀ ਭਾਵੇਂ ਕਿੱਲਾ ਕਿੰਨਾ ਤਗੜਾ ਹੋਵੇ ਸੋ ਇਹ ਤਾਂ ਗੱਲ ਹੋ ਗਈ ਜੀ ਉਹਦੇ ਨਾਲ ਰਲਮੀ ਦੂਜੀ ਵੀ ਹੋ ਗਈ ਹੋਰ ਕੋਈ ਗੱਲ ਪੁੱਛ ਲੋ ਹੁਣ ਸਰ ਬਾਹਰ ਜਾਣ ਦਾ ਸਬਬ ਕਿਵੇਂ ਬਣਿਆ ਆ ਮੈਂ ਦੱਸ ਦਾਂ ਮੇਰਾ ਦੂਜਾ ਭਰਾ ਜਿਹੜਾ ਪਹਿਲੀ ਵਾਰੀ ਆ ਜਿਹੜਾ ਪਹਿਲਾ ਅਮਰੀਕਨ ਬਣਿਆ ਜਾ ਕੇ ਭਜਨ ਉਹਨੇ ਐਵੇਂ ਕਰ ਲਈ ਸੀਗੀ ਪੰਜਾਬੀ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਕੀਤੀ ਸੀ ਇੱਥੋਂ ਦਿੱਲੀ ਤੋਂ ਮੈਂ ਤੇ ਲੈਕਚਰਰ ਆ ਗਿਆ ਉਹਨਾਂ ਦਿਨਾਂ ਦੇ ਵਿੱਚ ਮੇਰੇ ਤੇ ਕਹੇ ਭੂਤ ਸਵਾਰ ਸੀਗਾ ਕਿ ਵਿਦੇਸ਼ ਤਾਂ ਮੈਂ ਜਾਣਾ ਹੀ ਨਹੀਂਗਾ ਰਿਸ਼ਤਾ ਨਾਤਾ ਕੁਝ ਵੀ ਹੋਵੇ ਕਿਵੇਂ ਵੀ ਹੋਵੇ ਮੇਰੇ ਕੋਲੇ ਰਾਤਾਂ ਕੱਟ ਕੇ ਜਾਂਦੇ ਹੁੰਦੇ ਸੀ ਕਿ ਬੰਦਿਆਂ ਨੂੰ ਜਹਾਜ਼ ਚੜਾਉਣ ਆਉਂਦਾ ਸੀਗਾ ਮੈਂ ਉਹਨਾਂ ਦਿਨਾਂ 'ਚ ਮੇਰੇ ਕੋਲ ਜਿਹੜੀ ਡਿਗਰੀ ਸੀ ਨਾ ਵੀਏ ਵੀਟ ਦੀ ਉਹਦੇ ਜੇ ਤੁਸੀਂ ਉਹ ਢੋਲ ਦੇ ਵਿੱਚ ਪਾ ਕੇ ਆਓ ਅਰ ਜੀ ਉਦੋਂ ਹੀ ਤੁਹਾਨੂੰ এমਪਲॉयਮੈਂਟ ਵਾਊਚਰ ਉਦੋਂ ਹੀ ਤੁਹਾਨੂੰ ਇੰਗਲੈਂਡ ਦਾ ਵੀਜ਼ਾ ਉਦੋਂ ਹੀ ਤੁਹਾਨੂੰ ਉੱਥੇ ਕੰਮ ਦੇ ਸੱਜਾ ਜਾਂਦੇ ਜਿੰਨੇ ਗਏ ਨੇ ਸਾਡੇ ਆਹ ਲਾਪ੍ਰੀਤਮ ਸਿੱਧੂ ਹੁਣੀ ਤੇ ਉਹ ਰੂਮੀ ਵਾਲਾ ਦੂਜਾ ਜਿਹੜਾ ਹੈਗਾ ਮੈਂ ਨਾ ਭੁੱਲ ਗਿਆ ਬਹੁਤ ਸਾਰੇ ਆਉ ਜਿੰਨੇ ਗਏ ਆਵਤਾਰ ਜੰਡਿਆਲ ਵੀ ਹੁਣੀ ਦੂਜੇ ਟੀਚਰ ਜਿੰਨੇ ਗਏ ਇਸ ਤਰ੍ਹਾਂ ਹੀ ਗਏ ਸੀ ਮੈਂ ਬਿਲਕੁਲ ਜਾਣਦੇ ਹੱਕ ਜ ਨਹੀਂ ਸੀ ਇਹਦੇ ਨਾਲ ਵੀ ਜੋੜ ਕੇ ਜਦੋਂ ਵੀ ਜਦਾਂ ਮੈਂ ਧਿਆਨ ਦਿੰਦਾ ਤੇ ਅਸੀਂ ਭੰਗੜਾ ਪਾਉਂਦੇ ਹੁੰਦੇ ਸੀਗੇ ਉਹ ਫੌਜੀਆਂ ਦਾ ਉੱਥੇ ਕੈਂਪ ਲੱਗਿਆ ਤੇ ਉੱਥੇ ਉਹਨਾਂ ਨੇ ਕੈਂਪ ਦੇ ਵਿੱਚ ਸਾਥੋਂ ਭੰਗੜਾ ਪਵਾਇਆ ਮੈਂ ਕਾਲਜ ਦੇ ਵਿੱਚ ਪੰਜਾਬੀ ਸਹਿਜ ਸਭਾ ਦਾ ਵੀ ਪ੍ਰਧਾਨ ਸੀਗਾ ਮੈਗਜ਼ੀਨ ਦਾ ਐਡੀਟਰ ਸੀਗਾ ਭੰਗੜੇ ਦੀ ਟੀਮ ਦਾ ਕੈਪਟਨ ਸੀਗਾ ਹਾਕੀ ਦੀ ਟੀਮ ਦਾ ਕੈਪਟਨ ਸੀਗਾ ਇਹੋ ਜਿਹਾ ਕੁਝ ਮੈਂ ਕਰਦਾ-ਕੁਰਦਾ ਹੁੰਦਾ ਸੀਗਾ ਤੇ ਸੀ ਵੀ ਚਲੋ ਆਪਾਂ ਉਹਨੂੰ ਕਹਤਾ ਸਾਨੂੰ ਵੀ ਤੁਸੀਂ ਐਂ ਕਰੋ ਫਿਰੋਜਪੁਰ ਸ਼ਾਹੋਨੀ ਆਜੋ ਵੀ ਉੱਥੇ ਤੁਹਾਨੂੰ ਹੌਲਦਾਰ ਭਰਤੀ ਕਰ ਲਾਂਗੇ ਮੈਂ ਇਹਦੇ ਬਲਜੀਤ ਸਿੰਘ ਸੰਧੂ ਉਹਨੇ ਬੜੀ ਤਰੱਕੀ ਕੀਤੀ ਬਾਅਦ ਵਿੱਚ ਵੱਡਾ ਅਫਸਰ ਬਣਿਆ ਦੋਨੇ ਚਲੇ ਗਏ ਫਿਰੋਜਪੁਰ ਸ਼ਾਹੋਨੀ ਤੇ ਨਤੀਜਾ ਸੜਾਉਣ ਵਾਲਾ ਸੀ ਅਜੇ ਥੋੜੇ ਦਿਨਾਂ ਤੱਕ ਬੀਜਿਆ ਉਹ ਕਹਿੰਦੇ ਵੀ ਤੁਸੀਂ ਹੌਲਦਾਰ ਭਰਤੀ ਹੋ ਜਾਓ ਬਾਅਦ ਵਿੱਚ ਤੁਸੀਂ ਅਫਸਰ ਬਣ ਸਕਦੇ ਹੋ ਅਫਸਰੀ ਦਾ ਤੁਸੀਂ ਫਿਰ ਟੈਸਟ ਦੇਵੋਗੇ ਅਸੀਂ ਅਸਿੱਧੇ ਨਹੀਂ ਅਫਸਰ ਲੈਦੇ ਸਾਨੂੰ ਕੀ ਪਤਾ ਅਫਸਰ ਸਿੱਧੇ ਨਹੀਂ ਲਏ ਜਾ ਸਕਦੇ ਉਹਨੀਆਂ ਅਸੀਂ ਕਹਾਂ ਵੀ ਸਾਡੇ ਭੰਗੜੇ ਤੋਂ بڑے ਇਹ ਮਾਇਲ ਹੋਏ ਹੋਏ ਆ ਕਿ ਕਿਪਤਾ ਸਾਨੂੰ ਵੱਡਾ ਅਫਸਰ ਹੀ ਬਣਾ ਦੇਣ ਇਹਨਾਂ ਬਹੁਤਾ ਪਤਾ ਨਹੀਂ ਸੀਗਾ ਪਛੜੇ ਜਿਹੇ ਇਲਾਕੇ ਦੇ ਕਾਲੀ ਦੇ ਵਿੱਚ ਪੜਦੇ ਸੀ ਕਹਿੰਦੇ ਵੀ ਤੁਸੀਂ ਐਂ ਕਰੋ ਘਰ ਦੇ ਆਣਾ ਸਲਾਸ ਲੂ ਕਰਕੇ ਆ ਜਾਓ ਇੱਥੇ ਤੁਹਾਨੂੰ ਭਰਤੀ ਕਰ ਲਵਾਂਗੇ ਹੌਲਦਾਰ ਪਹਿਲਾਂ ਕਰਾਂਗੇ ਤੇ ਉਦੋਂ ਬਾਅਦ ਫਿਰ ਤੁਹਾਨੂੰ ਹੋ ਸਕਦਾ ਵੀ ਤੁਸੀਂ ਗਾਂ ਅਫਸਰ ਵੀ ਬਣ ਜੂ। ਉਹ ਇਹਨਾਂ ਨੂੰ ਨਤੀਜਾ ਆ ਗਿਆ ਮੈਂ ਪਾਸ ਹੋ ਗਿਆ ਬਲਜੀਤ ਫੇਲ ਹੋ ਗਿਆ ਉਹ ਮੇਰੇ ਕੋਲ ਆ ਕੇ ਕਹਿੰਦਾ ਚੱਲ ਜੇ ਫਰੀਦਪੁਰ ਸ਼ਾਉਣੀ ਮੈਂ ਆ ਮੈਂ ਤਾਂ ਹੋ ਗਿਆ ਪਾਸ ਤੂੰ ਹੋ ਗਿਆ ਫੇਲ ਤੂੰ ਜਾ ਮੈਂ ਤਾਂ ਐਵੇਂ ਕਰੂੰਗਾ ਲਾ ਐ ਮੇਰੀ ਐਵੇਂ ਹੋਈ ਫੌਜ ਜਾਂਦਾ ਜਾਂਦਾ ਐ ਬਚਿਆ ਖਾਲਸਾ ਗੱਲ ਦੀ ਦਾਸੀ ਦਿੱਤੀ ਪੁਲਿਸ ਜਾਂਦਾ ਜਾਂਦਾ ਜੀ ਬਚ ਗਿਆ ਇੱਥੇ ਸਿਕਸ ਸਟੂਡ ਫੈਡਰੇਸ਼ਨ ਤੇ ਬਾਕੀ ਹੋਰ ਵਾਰਾਪਰਾ ਜਿਗਾਰਡ ਕਰਕੇ ਇਹ ਗੱਲ ਦੱਸਣੀ ਭੁੱਲ ਗਿਆ ਕਿ ਸ਼੍ਰੀ ਰਾਮ ਗੱਲ ਜੋ ਹੁਕਮਰ ਸਗਾ ਨਾ ਇੱਥੇ ਹਾਂਜੀ ਅਮੀਰਾਂ ਦਾ ਗੱਲ 1965 ਦੇ ਵਿੱਚ ਉਧਰ ਲੜਾਈ ਲੱਗੀ ਹੋਈ ਸੀਗੀ ਤੇ ਇੱਥੇ ਇਹਨਾਂ ਨੇ ਦਾਸ ਗੁਪਤਾ ਉਦੋਂ ਸੀਗੇ ਇੰਡੀਅਨ ਲੈਂਗੁਏਜ ਡਿਪਾਰਟਮੈਂਟ ਦੇ ਮੁਖੀ ਉਹਨਾਂ ਦੇ ਪਤਾ ਨਹੀਂ ਮਨਜ ਕਿਵੇਂ ਆ ਗਿਆ ਉਹ ਇੱਕ ਵਾਰ ਮੈਨੂੰ ਕਹਿੰਦੇ ਵੀ ਮੈਂ ਇੱਕ ਨਾ ਇੱਕ ਲੈਕਚਰ ਚਾਹਣਾ ਇੱਥੇ ਵੀ ਮਾਲਵੇ ਦੀ ਪ੍ਰੈਜ਼ੈਂਟਰੀ ਨੂੰ ਬਿਲੋਂਗ ਕਰਦਾ ਹੋਵੇ ਨਛੱਤਰ ਉਹ ਮੇਰੀ ਬੋਲਚਾਲ ਤੂੰ ਕਿਹਾ ਕਰਨਾ ਵੀ ਉਹ ਦੂਜੇ ਹੋਰ ਤਰ੍ਹਾਂ ਬੋਲਦੇ ਆ ਤੇ ਤੂੰ ਹੋਰ ਤਰ੍ਹਾਂ ਬੋਲਦਾ ਤਾਂ ਬੰਗਾਲੀ ਸੀਗਾ ਮੈਂ ਕਹਿੰਦਾ ਫਰਕ ਇਹ ਹੈ ਵੀ ਇਹ ਜਿੰਨੇ ਹੈਗੇ ਆ ਨਾ ਸਾਰੇ ਇਹ ਇਹਨਾਂ ਦਾ ਪਛੋਕੜ ਪੋਠੋ ਹਾਰ ਦਾ ਤੇ ਸ਼ਹਿਰੀ ਪਛੋਕੜ ਆ ਇਹ ਵਪਾਰੀ ਵਰਗ ਨਾਲ ਸੰਬੰਧਤ ਆ ਮੈਂ ਖੇਤੀਬਾੜੀ ਨਾਲ ਸੰਬੰਧਤ ਮਹਾਲਵੇ ਦਾ ਉਹ ਕਹਿੰਦੇ ਵੀ ਸਟਾਫ ਚ ਇੱਕ ਬੰਦਾ ਜ਼ਰੂਰ ਰੱਖਣਾ ਇਹ ਉਹ ਸਿਲੈਕਸ਼ਨ ਉਹ ਸਿਲੈਕਸ਼ਨ ਇਹਦਾ ਨਾਲ ਇਸ ਤਰ੍ਹਾਂ ਹੁੰਦੀ ਆ ਉਹਨਾਂ ਨੇ ਮੈਨੂੰ ਸ਼੍ਰੀ ਰਾਮ ਕਾਲਜ ਆਫ ਕਮਰਸ ਦੇ ਵਿੱਚ ਭੇਜਤਾ ਉੱਥੇ ਸਾਡੇ ਆਹਾ ਵਪਾਰੀ ਸਜਣ ਪਾਪੇ ਜਿਹੜੇ ਨੇ ਇਹਨਾਂ ਦੇ ਕੁਝ ਬੱਚੇ ਇਹਨਾਂ ਨੇ ਐਡੀਸ਼ਨਲ ਪੰਜਾਬੀ ਰੱਖਿਆ ਸੀ ਉਹਦੇ ਲਈ ਉਹਨਾਂ ਨੂੰ ਪਾਰਟ ਟਾਈਮ ਲੈਕਚਰ ਦੀ ਲੋੜ ਸੀ ਦਾ ਰਸਲ ਯਾਨੀ ਦੋ ਪੀੜ੍ਹੀ ਲਗਾ ਕਰਨੇ ਸੀ ਇਹ ਤੇ ਇੱਕ ਇੱਕ ਦੋ ਕਿਤਾਬਾਂ ਸੀਗੀਆਂ ਬਸ ਉਹ ਪੜਾਉਣੀਆਂ ਸੀ ਲਿਖਾਈ ਪੜ੍ਹਾਈ ਕਰ ਦੇਣੀ ਸੀ ਪਰ ਜਿਹੜੇ ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਕਾਉਂਸਲ ਸੇ ਉਹਦਾ ਇਹ ਸੀ ਕਿ ਜਿਹੜੇ ਨਵੇਂ ਕਾਲਜ ਦੇ ਵਿੱਚ ਕੋਈ ਵੀ ਡਿਪਾਰਟਮੈਂਟ ਖੋਲਣਾ ਹੋਵੇ ਤਾਂ ਮਿਨੀਮਮ ਫੁੱਲ ਟਾਈਮ ਲੈਕਚਰ ਚਾਹੀਦਾ ਪਾਰਟ ਟਾਈਮ ਨਹੀਂ ਉਹ ਰੱਖਿਆ ਮੈਨੂੰ ਪਾਰਟ ਟਾਈਮ 200 ਰੁਪਏ ਤੇ ਤੇ ਕਰਨਾ ਪੈ ਗਿਆ ਉਹਨਾਂ ਨੂੰ ਸ਼੍ਰੀ ਰਾਮ ਕਾਲਜ ਉਹ ਕੁਮਰਸ ਵਾਲਿਆਂ ਨੂੰ ਫੁੱਲ ਟਾਈਮ ਤੇ ਫੁੱਲ ਟਾਈਮ ਦੀ ਬਣਦੀ ਸੀਗੀ 1.5 400 ਤਨਖਾਹ ਉਹਨਾਂ ਦਿਨਾਂ ਚ ਉਹ ਜਦੋਂ ਚੈੱਕ ਆਊ ਉਹਨਾਂ ਨੇ ਮੈਨੂੰ ਦੇਣਾ ਨਾਲ ਬੰਦਾ ਭੇਜ ਦੇਣਾ 200 ਨੇ ਗਿਣ ਕੇ ਮੈਨੂੰ ਦੇ ਦੇਣਾ ਬਾਕੀ ਉਹਨੇ ਲੈ ਲੈਣਾ ਅਮੀਰ ਕਾਲਜ ਏਡਾ ਵੱਡਾ ਅਮੀਰ ਕਾਲਜ ਮੈਨੂੰ ਬੜਾ ਚੁਬਣਾ ਮੈਂ ਕਹਿੰਦਾ ਯਾਰ ਗੱਲ ਸੁਣੋ ਕਿੱਡਾ ਨਾਂ ਹੈਗਾ ਇਸ ਕਾਲਜ ਦਾ ਪਰ ਇੰਡਿਸਿਪਲ ਉਹਨਾਂ ਉੱਥੇ ਸੀਗਾ ਕਿ ਮੁਰਾਰ ਜੀ ਡਸਾਈ ਸਦਲੇ ਜਿਹੜਾ ਸੀ ਉਹਨਾਂ ਦਾ ਹਾਲ ਉਹਦੇ ਵਿੱਚ ਹਰੇਕ ਲਾਈਨ ਦੇ ਵਿੱਚ ਨਾ ਦੋ ਦੋ ਲੈਕਚਰਜ਼ ਦੀ ਡਿਊਟੀ ਲਾਈ ਗਈ। ਵੀ ਕੋਈ ਆ ਜਿਹੜੇ 24 25 ਮੁੰਡੇ ਆ ਇਹਨਾਂ ਚੋਂ ਨਾ ਕੋਈ ਬੋਲੇ। ਇਹ ਹਾਲ ਸੀਗਾ ਸ਼੍ਰੀ ਰਾਮ ਕਾਲੂ ਕੁਮਾਰ ਨੂੰ ਸੁਣਦਾ ਪਤਾ ਨਹੀਂ ਕਿਹੂ ਆ ਕਿਹੋ ਜਿਹਾ ਹਾਲ ਹੋਊਗਾ। ਔਰ ਉਥੋਂ ਦੀ ਐਥਲੈਟਿਕਸ ਮੀਟ ਦੇ ਵਿੱਚ ਮੈਂ ਵੱਧ ਝੜ ਕੇ ਰੋਲ ਅਦਾ ਕੀਤਾ, ਕਰਵਾਈ ਬਲ ਕੇ। ਉਹਨਾਂ ਦਾ ਮੈਗਜ਼ੀਨ ਸੀਗਾ ਕੁਝ ਪੰਜਾਬੀ ਸੈਕਸ਼ਨ ਸਭ ਤੋਂ ਵੱਡਾ ਕਰ ਦਿੱਤਾ। ਔਰ ਇੱਕ ਫੰਕਸ਼ਨ ਕਰਵਾਇਆ ਜਿਹਦੇ ਵਿੱਚ ਪ੍ਰਕਾਸ਼ ਕੌਰ ਨੇ ਵੀ ਗਾਇਆ। ਆਪਣਾ ਆਸਾ ਸਿੰਘ ਮਸਤਾਨਾ ਨੇ ਵੀ ਗਾਇਆ ਕੋਸ਼ ਉਹਦੇ ਚ ਸਕਿੱਟਸ ਵੀ ਕੀਤੀਆਂ ਗਈਆਂ ਬੜਾ ਭਰਮਾ ਸੋਹਣਾ ਸਮਾਗਮ ਹੋਇਆ ਉਹ ਨਾਲ ਦੇ ਜਿਹੜੇ ਸੀਗੇ ਯਾਰ ਅਜੇ ਤਾਂ ਇਹ ਪਾਰਟ ਟਾਈਮ ਆ ਇਹ ਤਾਂ ਪਤੰਦਰ ਹੋਣੀ ਹੈ ਇਹ ਆਪਾਂ ਨੂੰ ਪਾਸੇ ਕਰੀ ਜਾਂਦਾ ਹਰੇਕ ਚੀਜ਼ ਮੂਰੇ ਆਈ ਜਾਂਦਾ ਉਹ ਸਭੋ ਮੇਰੇ ਮੂਰੇ ਆਉਣ ਦੀ ਤੇ ਵੱਧ ਕੰਮ ਕਰਨ ਦੀ ਉਹ ਮੈਨੂੰ ਲੈ ਬੈਠੀ ਜੁਲਾਈ ਦੇ ਵਿੱਚ ਉਹ ਕਹਿੰਦੇ ਜੀ ਅਸੀਂ ਤਾਂ ਪੰਜਾਬੀ ਬੰਦ ਕਰਤੀ ਤੇ ਜਿਹੜੀ ਜੁਲਾਈ ਦੀ 15 ਦਿਨਾਂ ਦੀ ਤਨਖਾਹ ਸੀ ਨਾ ਉਹ ਫਿਰ ਮੈਂ ਲਈ ਨਹੀਂ ਉਮਾ ਕਾ ਐ ਮੇਂ ਕਰਾਉਣ ਵਾਸਤੇ ਮੇਰੇ ਬਾਪੂ ਨੇ ਤੁਰਤ ਬੋਤੀ ਵੇਚੀ ਸੀ 600 ਰੁਪਏ ਦੀ ਤੇ ਮੈਂ ਖਾ ਵੀ ਇੱਕ ਕਿਸਾਨ ਦੇ بیٹے ਨੂੰ ਪੜਾਉਣ ਵਾਸਤੇ ਕਿਸਾਨ ਨੇ ਬੋਤੀ ਵੇਚੀ ਸੀ ਪਰ ਉਸ ਕਿਸਾਨ ਦੇ بیٹے ਨੇ ਆਪਣੀ ਅਣ ਅਣਖ ਕੈਮ ਰੱਖਦਿਆਂ ਹਿੰਦੁਸਤਾਨ ਦੇ ਸਭ ਤੋਂ ਅਮੀਰ ਕਾਲਜ ਨੂੰ ਆਪਦੀ ਅੱਧੀ ਤਨਖਾਹ ਛੱਡੀ ਹੈ ਕਿ ਭਾਵੇਂ ਉਹ ਆਪਦਾ ਬਹੀ ਖਾਤਾ ਫੋੜ ਲੈਣ ਈਮਾ ਵੱਲ ਆਪਣੀ ਸਵੈ ਜੀਵਨੀ ਦੇ ਵਿੱਚ ਵੀ ਲਿਖੀ ਹੈ। ਹੋਰ ਕੋਈ ਪੁੱਛੋ। ਜਿਹੜਾ ਬਾਹਰ ਜਾਣ ਕਰ ਲਓ। ਹਾਂ ਬਾਹਰ ਵੀ। ਹਾਂ ਉੱਥੋਂ ਆ ਜਨਾ ਮੇਰੀ ਬਾਹਰਪੁਰ ਜਾਣ ਦੀ ਕੋਈ ਤਮੰਨਾ ਨਹੀਂ ਸੀ ਉਹਦਾ ਕਾਰਨ ਇਹ ਬਣਿਆ ਕਿ ਮੇਰਾ ਲੜਕਾ ਵੱਡਾ ਦਾ ਲੜਕਾ ਵਿਆਹ ਲਿਆ ਮੈਂ ਇੱਥੇ ਜਦੋਂ ਲੈਕਚਰ ਲੱਗਿਆ ਹੀ ਆ ਡੋਲਰ ਉਹ ਵੀ ਕੁੜੀ ਲੈਕਚਰਰ ਸੀਗੀ। ਬਹੁਤ ਸਾਦਾ ਵਿਆਹ ਕੋਈ ਉਹਦੇ 'ਚ ਜਿਵੇਂ ਮੇਰਾ ਸਾਦਾ ਵਿਆਹ ਸੀ ਮੈਂ ਤਾਂ ਸਿਰ ਸੂਰੇ ਵੀ ਨਹੀਂ ਬੰਨੇ ਕੁਛ ਨਹੀਂ। ਕਾਲਜ ਕੋਲ ਕੀ ਤਾਕੀਲ ਹੋਣੀ ਸੀ ਵਾਜਾ ਦਾ ਕੀ ਭਜੋਣਾ ਸੀ ਮੇਰੇ ਵਿਆਹ ਦਾ ਕੋਈ ਫੋਟੋ ਨਹੀਂ ਹੈਗਾ ਦਿੱਲੀ ਦਾ ਪੜਿਆ ਪ੍ਰੋਫੈਸਰ ਹੋਵੇ ਤੇ ਉਹਦਾ ਕੋਈ ਫੋਟੋ ਨਾ ਹੋਵੇ ਵਿਆਹ ਦਾ 10-12 ਦਿਨ ਸੀ ਇਹ ਕਰ ਦੇ ਸਕੇ ਸੋਧਰੇ ਉਹ ਗਏ ਜਾ ਕੇ ਤੇ ਇੱਕ ਕਾਰ ਤੇ ਇੱਕ ਨੀਕੀ ਜੀ ਵਹਿਨ ਉਹ ਇਸ ਵਿਆਹ ਕੇ ਆ ਗਏ ਇੱਕ ਸਾਈਕਲ ਮੈਨੂੰ ਮਿਲਿਆ ਜਿਹੜਾ ਕਿ ਮੈਂ ਲੈ ਕੇ ਰਾਜ਼ ਨਹੀਂ ਸੀ ਉਹ ਕਹਿੰਦੇ ਵੀ ਵੱਡੀ ਕੁੜੀ ਨੂੰ ਦਿੱਤਾ ਇਸ ਕਰਕੇ ਇਸ ਨੂੰ ਵੀ ਦੇਣਾ ਪੈਣਾ ਤੇ ਤੁਹਾਨੂੰ ਲੈਣਾ ਪੈਣਾ ਸਾਈਕਲ ਤਾਂ ਹੋ ਗਿਆ ਉਦੋਂ ਬਾਅਦ ਜਿਹੜਾ ਪਹਲਗ ਦਿੱਤਾ ਸੀਗਾ ਉਹਨੂੰ ਵੀ ਸੌਂਗ-ਸੂੰਗ ਲੱਗੀ ਉਹ ਵੀ ਗਿਆ ਜਿਹੜੀ ਪੇਟੀ ਆ ਉਹਦੇ ਚ ਰਜਾਈਆਂ ਪੰਨਾਂ ਤੇ ਇੱਕ ਦੋ ਕੁਰਸੀਆਂ ਦਿੱਤੀਆਂ ਸੀਆਂ ਤੇ ਇੱਕ ਉਹ ਕੁਰਸੀਆਂ ਸਟੂਲ ਵਰਗਾ ਮੇਜ਼ ਆ ਉਹ ਸਾਡੇ ਘਰ ਦਾ ਸ਼ਿੰਗਾਰ ਆ ਜੇ ਵੀ ਆ ਇਸ ਤਰ੍ਹਾਂ ਸਾਡੇ ਵਿਆਹ ਹੋ ਗਏ ਮੁੰਡੇ ਦਾ ਵਿਆਹ ਕੀਤਾ ਪ੍ਰੋਫੈਸਰ ਦੋਨੇ ਜੀ ਸੀਗੇ ਤੇ ਗਏ ਆ ਜਾ ਕੇ ਉੱਥੋਂ ਆਨੰਦ ਕਾਰਜ ਤੇ ਆਨੰਦ ਕਾਰਜਾਂ ਵੇਲੇ ਉਹਨਾਂ ਨੇ ਕਹਣ ਲੱਗੇ ਵੀ ਪਹਿਲਾਂ ਤੁਸੀਂ ਚਾਹ ਪਾਣੀ ਪੀਓ ਫਿਰ ਮੈਂ ਇਹ ਪਹਿਲਾਂ ਆਨੰਦ ਕਾਰਜ ਚਾਹ ਬਾਦ ਪੀ ਲਵਾਂਗੇ ਆਨੰਦ ਕਾਰਜ ਹੋ ਗਏ ਕਾਂਗਰਸ ਸਾਹਿਬ ਬੋਲੇ ਅਸ਼ੀਰਵਾਦ ਦੇ ਦਿੱਤੀ ਉਦੋਂ ਬਾਅਦ ਚਾਹ ਪਾਣੀ ਪੀ ਲਿਆ ਮੈਂ ਕਿਹਾ ਵੀ ਡੋਲੀ ਤੋੜ ਦਿਓ ਕਹਿੰਦੇ ਵੀ ਨਹੀਂ ਤੁਹਾਡੇ ਲਈ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਹੈ ਮੈਂ ਕਿਹਾ ਵੀ ਅਸੀਂ ਜਾ ਕੇ ਉੱਥੇ ਸਾਡੇ ਜਿਹੜਾ ਭਾਈਚਾਰਾ ਉੱਥੇ ਹੈਗਾ ਉਹਨਾਂ ਨੂੰ ਜਾ ਕੇ ਅਸੀਂ ਮਾੜਾ ਮੁੰਡਾ ਖਵਾ ਪਿਆ ਕੇ ਤੇ ਤੋੜਨਾ ਤੇ ਇਹ ਤਾਂ ਕਹਿੰਦੇ ਅਸੀਂ ਇੰਨਾ ਸਮਾਨ ਪਿਆ ਲੈਂਦਾ ਤੇ ਇਹ ਮਾਹ ਕੋਈ ਨਹੀਂ ਰਾਜੀ ਬੈੰਦਾ ਪਿੰਡ ਮੈਂ ਉਥੋਂ ਚਕਰੋਂ ਇੱਥੋਂ ਆਇਆ ਟੁੱਟੀ ਗੇ ਨੂੰ ਪੜਾਉਣ ਆਇਆ ਕਰਨਾ ਆ ਥੋੜਾ ਸਮਾਨ ਤਾਂ ਨਹੀਂ ਰਹਿਣ ਦਿੰਦੇ ਮੈਂ ਆ ਉਹਨੇ ਜਾਂਦਿਆਂ ਨਹੀਂ ਸੇਵਾ ਕਰ ਲਿਓ ਮੇਰੇ ਨਾਲ ਜਿਹੜੇ ਹੋਣ ਐਨੀ ਹੋ ਤੋ ਇਹ ਸਾਦਗੀ ਆ ਨਾ ਜਿਹੜੀ ਇਹਨੇ ਬਹੁਤ ਮੈਨੂੰ ਜਿਹੜਾ ਹੈਗਾ ਮੌਕਾ ਦਿੱਤਾ ਤੰਗੀ ਨੇ ਮੈਨੂੰ ਜਾਣ ਦਾ ਢੰਗ ਸਿਖਾਇਆ ਕਿੰਨਾ ਵੀ ਮਾੜਾ ਥਾਂ ਹੋਵੇ ਰਹਿਣ ਨੂੰ ਮੈਂ ਕਦੇ ਨਹੀਂ ਕਿਹਾ ਵੀ ਬੀ ਬਿਸਤਰਾ ਹੈ ਨਹੀਂ ਜਾਂ ਸਰਾਨਾ ਹੈ ਨਹੀਂ ਜਾਂ ਦਾਲ ਦੇ ਵਿੱਚ ਝੋਪੜਾ ਚੋਪੜੀ ਨਹੀਂ ਰੋਟੀ ਜਾਂ ਕਿਉਂ ਨਹੀਂ ਪਾਇਆ ਜਾਂ ਦੇ ਚਨੂਨਵਾਦ ਆ ਜਾਂ ਮਿਰਚ ਘਾਟਾ ਜਾਂ ਕੋਹੜ ਨਾ ਸਖਾਈ ਇਸ ਤਰ੍ਹਾਂ ਸੀ ਪਿੜਾਂ ਦੇ ਵਿੱਚ ਪੈਣਾ ਜਾ ਕੇ ਪੁੰਜੇ ਪੈ ਜਾਣਾ ਕਹਿੰਦੇ ਜੇ ਜਾਣ ਕੇ ਹੈਰਾਨ ਹੋਣਗੇ ਕਿ ਹਲੇ ਬਹੁਤ ਵਧੀਆ ਬੈੱਡ ਨਹੀਂ ਉੱਥੇ ਪੈਂਦਾ ਮੈਂ ਉੱਥੇ ਵੀ ਪੁੰਜੇ ਹੀ ਆ ਉਹ ਪੁੰਜੇ ਪੈਣ ਦਾ ਕਾਰਨ ਹੀ ਅਜੇ ਤੱਕ ਸਦਾ ਸੋ ਇਹ ਆਪਦੀ ਆਪਦਾ ਰੋਟੀ ਪਾਣੀ ਖਾਣਾ ਜੋ ਤੁਰਦਾ ਸੀਗਾ ਨਾ ਮੈਂ ਉੱਥੋਂ ਕਈ ਵਾਰੀ ਪਿੰਡੋਂ ਲੋਪੋ ਤੱਕ ਤੁਰ ਕੇ ਆਉਣਾ ਜਿਹੜਾ ਤਾਂ ਜਾਣੂ ਸੀ ਸਭ ਜਾਣਦੇ ਸੀਗੇ ਮੈਨੂੰ ਫਿਰ ਚਿੱਤ ਆ ਗਿਆ ਵੀ ਬਾਹਰ ਫਿਰ ਜਿਹੜਾ ਮੇਰਾ ਦੂਜਾ ਲੜਕਾ ਸੀ ਇਹਦਾ ਹੋ ਗਿਆ ਦੂਜਾ ਲੜਕਾ ਇਹ ਜਿਹੜਾ ਲੜਕਾ ਸੀ ਇਹ ਕਹਿੰਦੇ ਹੁੰਦੇ ਹਨ ਨਾ ਕਿ ਬਈ ਤੁਸੀਂ ਤਾਂ ਖੇਡਾਂ ਖਿਡਾਰੀਆਂ ਨਾਲ ਗੱਲਾਂ ਕਰਦੇ ਹੋ ਜਵਾਕਾਂ ਨੂੰ ਕੀ ਕੀਤਾ ਮੇਰਾ ਵੱਡਾ ਲੜਕਾ ਉਸਨੇ ਡੈਕੈਥਲਨ ਦੇ ਵਿੱਚ ਅੰਡਰ 21 ਜੂਨੀਅਰ ਇੰਡੀਆ ਦਾ ਚੈਂਪੀਅਨ ਬਣਿਆ ਉਹ ਭਾਈ ਚਾਂਸ ਵੱਧ ਕਿਸਮ ਦੀ ਕਹੋ ਕਿ ਉਹਦੇ 6:00 ਵਜੇ ਗੋਡੇ ਤੇ ਨਹੀਂ ਉਹ ਏਸ਼ੀਆ ਦਾ ਮੈਡਲ ਜਿੱਤਣ ਵਾਲਾ ਸੀਗਾ ਉਹ ਲੈਕਚਰ ਬਣ ਗਿਆ ਉਹ ਤਾਂ ਸਾਰਾ ਇੱਥੇ ਰਹਿਣਾ ਉਹਨਾਂ ਨੇ ਤਾਂ ਉਹਨੇ ਜੀ ਲੈਕਚਰ ਨੇ ਦੂਜਾ ਜਿਹੜਾ ਛੋਟਾ ਲੜਕਾ ਸੀ ਉਹ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆ ਗਿਆ ਸੀ ਪੰਜਾਬ ਸਿੰਧ ਬੈਂਕ ਵਾਲਿਆਂ ਨੇ ਉਸ ਨੂੰ ਕਾਲਜ ਪੜ੍ਹਦੇ ਨੂੰ ਨੌਕਰੀ ਦੇ ਦਿੱਤੀ ਨੇ ਆਪਸੇ ਨ ਬੈਂਕ ਵਾਲਿਆਂ ਨੂੰ ਤਨਖਾਹ ਮਿਲੀ ਜਾਂਦੀ ਹੁੰਦੀ ਆ ਤੇ ਬੈਂਕ ਦਾ ਕੰਮ ਨਹੀਂ ਕਰਦੇ ਤੇ ਉਹ ਤਾਂ ਟੂਰਨਾਮੈਂਟ ਹੀ ਖੇਡਦੇ ਆ ਉਹਨਾਂ ਦੀ ਟੀਮ ਕਿਤੇ ਗਈ ਕੈਨੇਡਾ ਮੈਂ ਹਮੇਸ਼ਾ ਬੱਚਾ ਨੂੰ ਕਹਿੰਦਾ ਹੁੰਦਾ ਸੀ ਵੀ ਮੈਂ ਤੁਹਾਨੂੰ ਬਾਹਰ ਨਹੀਂ ਭੇਜਣਾ ਨਾ ਮੈਂ ਆਪ ਗਿਆ ਨਾ ਤੁਹਾਨੂੰ ਭੇਜਣਾ ਉਹ ਕੈਨੇਡਾ ਗਿਆ ਤਾਂ ਉੱਥੇ ਕੈਨੇਡਾ ਆ ਕੇ ਕਹਿਣ ਲੱਗਾ ਤੁਸੀਂ ਤਾਂ ਐਵੇਂ ਕਹਿੰਦੇ ਰਹਿੰਦੇ ਆ ਉਹ ਤਾਂ ਕੈਨੇਡਾ ਦਾ ਬਹੁਤ ਵਧੀਆ ਮੁਲਕ ਆ ਅਸੀਂ ਉੱਥੇ ਟੂਰਨਾਮੈਂਟ ਖੇਡ ਕੇ ਆਏ ਆ ਤੇ ਮੈਨੂੰ ਕਹਿੰਦਾ ਕਿ ਉੱਥੇ ਕਹੀ ਕਹਿੰਦੇ ਆ ਜੇ ਤੇਰਾ ਜਿਹਾ ਵਿਆਹ ਬੂ ਨਹੀਂ ਹੋਇਆ ਤਾਂ ਵੀ ਤੂੰ ਇੱਥੇ ਸਾਡੇ ਕੋਲੇ ਰਿਸ਼ਤੇ ਹੈਗੇ ਆ ਮੈਂ ਆਹ ਤੁਸੀਂ ਗਏ ਆ ਸੈਰ ਸਪਾਟੇ ਤੇ ਕੈਨੇਡਾ ਅਸਲੀ ਨਹੀਂ ਦੇਖਿਆ ਤੁਸੀਂ ਉੱਪਰ ਲਾ ਉੱਪਰ ਲਾ ਦੇਖਿਆ ਤੇ ਦਿਹਾੜੀਆਂ ਕਰਨੀਆਂ ਪੈਣਗੀਆਂ ਉੱਥੇ ਦਿਨ ਰਾਤ ਤੇ ਕਰਨਾ ਬਹੁਤ ਕੋਈ ਨੌਕਰ ਜਾ ਕਰਨੀ ਉੱਥੇ ਬਹੁਤ ਕੰਮ ਕਰਨਾ ਪੈਂਦਾ ਕਹਿੰਦਾ ਮੈਂ ਕਰ ਲੂੰ ਲੋ ਜੋ ਟੀਚਰ ਸੀਗੇ ਸਾਡੇ ਨਾਲ ਹੀ ਉਹ ਜਾਣਦੇ ਸੀ ਮੋੜ ਤੋਂ ਉਹਨਾਂ ਦੀ ਲੜਕੀ ਉਹ ਆਏ ਸੀ ਕਿਤੇ ਤੇ ਚਲੋ ਉਹਨਾਂ ਨੇ ਦਸਤਾ ਕਰਤਾ ਤੇ ਮੁੰਡਾ ਬਾਹਰ ਚਲਾ ਗਿਆ 98 ਚ 2000 ਜ ਮੈਰਿਟ ਆਰ ਹੋਇਆ ਤੇ ਉਹਨਾਂ ਨੇ ਸਾਡੇ ਕਾਗਜ਼ ਭਰਤੇ ਮੈਂ ਕਿਹਾ ਵੀ 6 ਮਹੀਨੇ ਉਧਰ 6 ਮਹੀਨੇ ਇੱਧਰ ਐਂ ਤੁਹਾਮੇ ਰਹਿ ਟਾ ਕਰਾਂਗੇ ਅਸੀਂ ਤੇ ਚਲੋ ਉਹਨਾਂ ਨੂੰ ਵੱਧ ਲੋਡ ਸੀ ਉਥੋਂ ਵਾਲਿਆਂ ਨੂੰ ਕਿਉਂਕਿ ਬੱਚੇ ਪਾਲਣੇ ਸੀਗੇ ਇੱਥੇ ਤਾਂ ਬੱਚੇ ਪਾਲਣ ਲਈ ਕੋਈ ਨਾ ਕੋਈ ਹੋਰ ਵੀ ਤਰੀਕਾ ਬਣ ਜਾਂਦਾ ਹੈ ਉਹ ਫਿਰ ਮੈਨੂੰ ਤਾਂ ਛੁੱਟੀ ਮਿਲ ਜਾਂਦੀ ਆ ਹਰ ਸਾਲ ਹੀ ਮਿਲਦੀ ਰਹੀ ਤੇ ਮੇਰੀ ਮੈਸੇਜ ਨੂੰ ਉਹਦੀ ਕਦਰ ਕੁਛ ਵੱਧਾ ਉਹਦੀ ਲੋੜ ਕੁਛ ਵੱਧਾ ਉਹ ਕਈ ਵਾਰੀ ਉਹਨੂੰ ਰਹਿਣਾ ਹੀ ਪੈ ਜਾਂਦਾ ਸਾਲ ਉੱਥੇ ਘਟਣਾ ਪੈ ਜਾਂਦਾ ਬਰਫ਼ ਦੇ ਵਿੱਚ ਸੋ ਇਸ ਤਰ੍ਹਾਂ ਬਾਹਰ ਜਾਣ ਦਾ ਤਾਂ ਆ ਸਬਬ ਬਣਿਆ ਤੇ ਉਂਝ ਮੈਂ ਇਸ ਗੱਲ ਦੇ ਬਹੁਤਾ ਹੱਕ 'ਚ ਨਹੀਂਗਾ ਮੈਂ ਤਾਂ ਉਹਨਾਂ ਵੀ ਇੱਥੇ ਰਹਿ ਕੇ ਇਸ ਨੂੰ ਚੰਗਾ ਬਣਾਈਏ ਮਾਣੇ ਕਿ ਬਹੁਤ ਬੰਦੇ ਦਲੀਲਾਂ ਦਿੰਦੇ ਚੰਗਾ ਬਣਨਾ ਨਹੀਂ ਗੱਲ ਸਿਆਸ ਜਿਸ ਹੱਦ ਤੱਕ ਨਿਗਰ ਚੁੱਕੀ ਹੈ اخلاق ਜਿਸ ਹੱਦ ਤੱਕ ਡਿੱਗ ਚੁੱਕਾ ਔਰ ਸਿਸਟਮ ਜਿਸ ਹੱਦ ਤੱਕ ਪੜਾ ਹੋ ਚੁੱਕਿਆ ਲੱਗਦਾ ਨਹੀਂ ਵੀ ਇਹ ਜਿਹੜਾ ਆਪਾਂ ਸਾਰਾ ਕੁਝ ਛੇਤੀ ਠੀਕ ਠਾਕ ਕਰ ਸਕਾਂਗੇ ਵੀ ਜੇ ਚੰਗੇ ਬੱਚੇ ਹੈਗੇ ਆ ਜਾ ਸਕਦੇ ਨੇ ਵਿਦੇਸ਼ਾਂ ਦੇ ਵਿੱਚ ਚੰਗਾ ਕੰਮ ਚੰਗਾ ਬਕਾਇਆ ਬਣਾ ਸਕਦੇ ਨੇ ਹੁਣ ਮੈਂ ਥੋੜਾ ਥੋੜਾ ਸਹਿਮਤ ਹੁੰਦਾ ਜਾਣਾ ਉਹਨਾਂ ਨਾਲ ਤੋਂ ਇਸ ਦਾ ਜਵਾਬ ਤੁਹਾਡਾ ਇਹ ਹੈ ਹੋਰ ਪੁੱਛ ਲਓਗੀ ਸਰ ਤੁਸੀਂ ਬਾਹਰ ਵਾਲੇ ਤਾਂ ਦੱਸ ਦਿੱਤਾ ਆਪਣੇ ਵਿਆਹ ਬਾਰੇ ਨਹੀਂ ਦੱਸਿਆ ਕਿ ਵਿਆਹ ਕਿਵੇਂ ਹੋਇਆ ਪੂਰੀ ਬਾਰੇ ਕੋ ਗੱਲ ਸੁਣਾਓ ਉਹ ਭਾਈ ਇੱਕ ਚੈਪਟਰ ਲਿਖਿਆ ਮੇਰੀ ਸਵੈ ਜੀਵਨੀ ਚ ਮੇਰਾ ਮੰਗਣਾ ਤੇ ਵਿਆਹ ਵੈਸੇ ਤਾਂ ਦਿੱਲੀ ਨੇ ਮੈਨੂੰ ਰੱਖ ਲੈਣਾ ਸੀ ਅਜੇ ਦਿੱਲੀ ਦੀ ਕੋ ਕੁੜੀ ਮੈਨੂੰ ਮੈਨੂੰ ਫਾ ਲੈਂਦੀ ਆਇਆ ਤਾਂ ਜਾਣਾ ਸੀ ਆ ਮੈਂ ਉਹ ਹੋਇਆ ਇਹ ਕਿ ਜਦੋਂ ਮੈਂ ਇੱਥੇ ਲੈਕਚਰਰ ਜੇ ਪਾਰਟ ਟਾਈਮ ਲੈਕਚਰ ਲੱਗਿਆ ਸੀਗਾ ਇੰਦਰਕੌਰ ਭੂਆ ਜੀ ਕਹਿੰਦੇ ਸੀ ਉਹ 3 ਮਹੀਨੇ ਛੁੱਟੀ ਵਾਸਤੇ ਚਲੇ ਗਏ ਤੇ ਉਹਨਾਂ ਹੀ ਥਾਂ ਤੇ ਮੈਨੂੰ ਉੱਥੇ ਖਾਲਸਾ ਕਾਲਜ ਰੱਖ ਲਿਆ ਜਨਵਰੀ ਤੋਂ ਮਾਰਚ ਤੱਕ ਪੈਂਡ ਦੇ ਵਿੱਚ ਮੈਂ ਪਿੰਡ ਗਿਆ ਆਪਣਾ ਦੂਜੇ ਜਿਹੜੀਆਂ ਛੁੱਟੀਆਂ ਹੁੰਦੀਆਂ ਵੱਡੇ ਦਿਨਾਂ ਦੀਆਂ 크리스마ਸ ਹੌਲੀਡੇਜ਼ ਹੁੰਦੀਆਂ ਜਿਹੜੀਆਂ ਉੱਥੇ ਇੱਕ ਮੇਰਾ ਜਮਾਤੀ ਸੀ 10ਵੀਂ ਜਮਾਤ ਵਾਲਾ ਉਹ ਕਹਣ ਲਗਾ ਵੀ ਮੇਰੇ ਨਾਲ ਇੱਕ ਟੀਚਰ ਪੜਾਉਂਦਾ ਉਹਦੀ ਮੈਸੇਜ ਮੋਗੇ ਕੋਲੇ ਕਿਸੇ ਪਿੰਡ ਚ ਪੜਾਉਂਦੀ ਆ ਉਹ ਬੋਦੀ ਵਾਲੇ ਅਮਲੋਟ ਕੋਲੇ ਤੇ ਉਹ ਕਹਿੰਦਾ ਵੀ ਮੇਰੀ ਸਾਲੀ ਆ ਉਹ ਬੀਅਰਡ ਕਰਦੀ ਆ ਸਿਧਮਾ ਦੇ ਕਾਲਜ ਦੇ ਵਿੱਚ ਉਹ ਟੀ ਕਹਿੰਦਾ ਕਿ ਵੀ ਤੇਰਾ ਵਿਆਹ ਕਰਾਉਣ ਦਾ ਇਰਾਦਾ ਹੈ ਤਾਂ ਉਹ ਕੁੜੀ ਆਪਾਂ ਦੇਖ ਸਕਦੇ ਆਂ ਮੈਂ ਚੱਕਰ ਗਿਆ ਹੋਇਆ ਸੀ ਪਿੰਡ ਮੈਂ ਕਿਹਾ ਵੀ ਚਰਨ ਚੱਲ ਦੇਖ ਲੈਣੇ ਆ ਅਸੀਂ ਘਰੇ ਦਾ ਸੱਚੀ ਗੱਲ ਦੱਸੀ ਨਹੀਂ ਕਿ ਤੱਕ ਜਗਰਾਮਾਂ ਤੱਕ ਹੀ ਚੱਲੇ ਆ ਜਾਣਾ ਸੀ ਗਾਂ ਚੌਂਕੀ ਮਾਨ ਰਵੀ ਦੇ ਪਿੰਡ ਕੋਲ ਉੱਥੇ ਅਸੀਂ ਰੇਲ ਦੀ ਲਾਈਨ ਟੱਪ ਕੇ ਉਹ ਜਿਹੜਾ ਚਰਨ ਸੀ ਮੇਰਾ ਕਲਾਸ ਫੇਲੋ ਤੇ ਉਹਦੇ ਨਾਲ ਜਿਹੜਾ ਮਾਸਟਰ ਪੜਾਉਂਦਾ ਸੀਗਾ ਉਹਦਾ ਨਾਂ ਅਸੀਂ ਗੁਰਦਿਆਲ ਸਿੰਘ ਤੇ ਉਹਦੀ ਘਰ ਵਾਲੀ ਸੀ ਮਲਕੀਤੋ ਤੇ ਮਲਕੀਤੋ ਦੀ ਭੈਣ ਹੋ ਸੀ ਤੁਹਾਨੂੰ ਦਾ ਪਿਆਸੀ ਹੌਲਦਾਰ ਫੌਜ ਦੇ ਆਪਣਾ ਫੌਜ ਦੇ ਵਿੱਚੋਂ ਰਿਟਾਇਰ ਹੋਇਆ। ਉੱਥੇ ਕਹਿੰਦਾ ਉਹ ਪੁੱਛਦਾ ਜਿਹੜਾ ਬੰਦਾ ਮਰਦਾ ਅਖੇ ਜੀ ਅਸੀਂ ਨਾਮ ਭੁੱਲ ਗਏ ਆ ਇੱਥੇ ਇੱਕ ਫੌਜ ਤੋਂ ਆਏ ਹੋਏ ਹੌਲਦਾਰ ਨੇ। ਉਹਨਾਂ ਦੀ ਲੜਕੀ ਕੌਂਗੇ ਵਿਆਹੀ ਹੋਈ ਹੈ। ਤੇ ਅਸੀਂ ਟੀਚਰ ਆ ਉਹ ਮੈਂ ਮੇਰਾ ਮਤਲਬ ਕਲਾਸ ਨਾਲ ਅਸੀਂ ਇਕੱਠੇ ਪੜਾਉਨੇ ਆ ਤੇ ਉਹਨੇ ਕਿਹਾ ਸੀਗਾ ਵੀ ਮੈਂ ਇੱਥੇ ਚੌਂਕੀਮਾਨ ਹੋਊਗਾ। ਤੇ ਤੁਸੀਂ ਮੈਨੂੰ ਉੱਥੇ ਆ ਕੇ ਮਿਲਿਓ ਉਹ ਕਹਿੰਦਾ ਵੀ ਤੁਸੀਂ ਐਂ ਕਰੋ ਮੈਨੂੰ ਪੱਕਾ ਪਤਾ ਨਹੀਂ ਲੱਗ ਰਿਹਾ ਤੁਸੀਂ ਗੁਰਦੁਆਰੇ ਕੋਲ ਚਲੇ ਜਾਓ ਉੱਥੋਂ ਜਾ ਕੇ ਪੁੱਛ ਲਓ ਮੈਂ ਉਹਨੂੰ ਚੱਲ ਨੂੰ ਕਿਹਾ ਮੈਂ ਕਿਹਾ ਗੱਲ ਸੁਣੋ ਮੇਰਾ ਦਿੱਲੀ ਦਾ ਪਾਣੀ ਪੀਤਾ ਹੋਇਆ ਤੂੰ ਕੁੱਟ ਪਾ ਬੈਣਾ ਕਿਤੇ ਨਾ ਕਿਤੇ ਦੇਲਾ ਲੜਕੀ ਲੜਕੀ ਕਰੀ ਜਾਂਦਾ ਜਿਹੜਾ ਲੜਕੀ ਵੇਖਣ ਭੂਖਣ ਵਾਲਾ ਕੰਮ ਨਾਲ ਕਿਤੇ ਮੁੜ ਕੇ ਗੱਲ ਕਰਨੀ ਤੇ ਮੈਨੂੰ ਮੈਨੂੰ ਗੱਲ ਕਰਨ ਦੀ ਉਗਰਦਾਰੇ ਕੋਲੇ ਬੰਦੇ ਬੈਠੇ ਸੀਗੇ ਮੈਂ ਉੱਥੇ ਜਾ ਕੇ ਵਾਹਿਗੁਰੂ ਖਾਲਸਾ ਜੀ ਫਤਿਹ ਬੁਲਾਈ ਫਿਰ ਘਰ ਪੁੱਛਣਾ ਸੀਗਾ ਘਰ ਪੁੱਛਿਆ ਵੀ ਆਪਣੇ ਸਾਡੇ ਮਿੱਤਰ ਨੇ ਉਹ ਇੱਥੇ ਇੰਨਾ ਘਰਾਂ ਦੇ ਵਿੱਚ ਵਿਆਹ ਹੋਏ ਨੇ ਉਹਨਾਂ ਦੇ ਸਹੁਰਾ ਸਾਹਿਬ ਫੌਜ ਦੇ ਵਿੱਚ ਉਹ ਹੌਲਦਾਰੇ ਨੇ ਇੱਕ ਬੁੜੀ ਨੇ ਸੁਣ ਲਿਆ ਬੜੀ ਹੋਲ ਅੱਛਾ ਭਾਈ ਤੁਸੀਂ ਮਲਕੀਤੋਗੇ ਜਾਣਾ ਉਹ ਚਰਨ ਕਹਿੰਦਾ ਵੀ ਹਾਂ ਉਹਨਾਂ ਦੇ ਜਾਣਾ ਚਲੋ ਉੱਥੇ ਜਾ ਕੇ ਦੋਨੇ ਮੇਰੀ ਸੱਸ ਬਣਨ ਵਾਲੀ ਸੱਸ ਦੇ ਬਣਨ ਵਾਲਾ ਸਹੁਰਾ ਉਹ ਦੋਨੇ ਉੱਥੇ ਦੋ ਮੱਜਾਂ ਬਜੀਆਂ ਹੋਈਆਂ ਮਤਲਬ ਕੁਦਰੇ ਵਾਲੀ ਮਸ਼ੀਨ ਤੇ ਪੱਠੇ-ਪੁੱਠੇ ਕੁਦਰੇ ਪਏ ਸੀਗੇ ਧੂਆ ਨਿਕਲਦਾ ਹਾਰੇ ਦੇ ਵਿੱਚੋਂ ਦੁੱਧ ਕਾੜਨੀ ਧਰੀ ਹੋਈ ਸੀ ਮੈਂ ਆਖਿਆ ਅੱਛਾ ਬੈਠ ਗਏ ਚਾਹ ਪਾਣੀ ਦੀ ਸਪਤ ਅਗਲੇ ਨਹੀਂ ਕਰਨੀ ਹੁੰਦੀ ਐ ਗੱਲਾਂ ਚੱਲਦੀਆਂ ਨਹੀਂ ਆ ਤੇ ਉਹਨੇ ਦੱਸਿਆ ਵੀ ਸਾਨੂੰ ਤਾਂ ਗੁਰਦਿਆਲ ਸਿੰਘ ਨੇ ਕਿਹਾ ਸੀ ਵੀ ਮੈਂ ਇੱਥੇ ਹਾਂ ਉਹ ਕਹਿੰਦਾ ਵੀ ਉਹ ਤਾਂ ਕੱਲ ਚਲੇ ਗਏ ਆ ਤੇ ਕਹਿੰਦਾ ਵੀ ਸਾਰੇ ਚਲੇ ਗਏ ਬਾਕੀ ਪਰਿਵਾਰ ਉਹ ਕਹਿੰਦੇ ਵੀ ਉਹ ਤਾਂ ਆਪਣਾ ਉਹ ਕੁੜੀ ਦਾ ਨਾਮ ਲੈ ਕੇ ਕਹਿੰਦੇ ਵੀ ਉਹ ਰੋਲ ਲਾਉਣ ਗਈ ਐ ਅਸੀਂ ਇੱਕ ਦੂਜੇ ਨਾਲ ਖੜਨ ਲਵਾਇਆ ਬੜੀ ਭਗਟਣੀ ਆ ਉਹਦਾ ਵੀ ਖੈਰ ਜੀ ਉਹ ਦਿਨ ਅਸੀਂ ਚਾਹ ਪੀਂਦਿਆਂ ਜਾਣ ਕੇ ਚਰਲਾਇਆ ਵੀ ਸ਼ਾਇਦ ਉਹ ਰੋਲ ਲਾ ਕੇ ਆਈ ਜਾਵੇ ਪਰ ਉਹ ਸਾਡਾ ਕਿਹੜਾ ਜਿਵੇਂ ਗਿਆ ਉਦੋਂ ਬਾਅਦ ਪਤਾ ਲੱਗਿਆ ਵੀ ਬੀਏਡ ਕਾਲਜ ਪੜ੍ਹਦੀ ਆ ਤੇ ਮੈਂ ਦਿੱਲੀ ਨੂੰ ਹੋਣਾ ਸੀ ਇੱਥੇ ਮੈਂ ਜੋ ਉੱਥੇ ਸਤਵਾਂ ਕਾਲਜ ਦੇ ਟੋਟੇ ਤੇ ਖੜ ਗਿਆ ਉੱਥੇ ਮੁੰਡੇ ਖੜੇ ਸੀ ਦੋ ਤਿੰਨ ਮੈਂ ਕਿਹਾ ਵੀ ਉਹ ਕਹਿੰਦਾ ਵੀ ਅਸੀਂ ਇੱਥੋਂ ਪੜਦੇ ਆ ਵੀ ਅਸੀਂ ਇੱਥੋਂ ਕਾਲਜ ਤੋਂ ਛੁੱਟੀ ਹੁੰਦੀ ਆ ਨਾ ਕੁੜੀਆਂ ਨੂੰ ਅਸੀਂ ਉਹਨਾਂ ਨੂੰ ਵੇਖ ਕੇ ਜਾਣੇ ਹੁੰਦੇ ਆ ਮੈਂ ਕਿਹਾ ਕਿਹੜੀ ਜਮਾਤਾਂ ਕੁੜੀਆਂ ਆਉਂਦੀਆਂ ਕਹਿੰਦੇ ਵੀ ਪਹਿਲਾਂ ਹੁੰਦੀਆਂ ਹੈਗੀਆਂ 11ਵੀਂ 12ਵੀਂ ਵਾਲੀਆਂ ਬੀ.ਆਰ. ਵਾਲੀਆਂ ਦਾ ਅਖੀਰ ਤੇ ਆਉਂਦੀਆਂ ਕਹਿੰਦਾ ਮਾਹ ਅਗਦ ਲੋਈ ਇਹਦਾ ਕੋਈ ਨਾ ਕੋਈ ਇੱਕ ਤਾਂ ਪਤਾ ਲੱਗਿਆ ਵੀ ਬੀੜ ਵਾਲੀਆਂ ਆਉਣਗੀਆਂ ਹੁਣ ਮੈਨੂੰ ਕੋਈ ਸਾਨ ਨਾ ਕੋਈ ਪਛਾਣ ਤੇ ਉਹ ਉਥੋਂ ਦੇ ਡੰਡੀ ਜਾਂਦੀ ਸੀ ਚੌਂਕੀ ਮਾਨ ਨੂੰ ਸੜਕ ਤੋਂ ਮੈਂ ਕਿਹਾ ਵੀ ਜਿਹੜੀ ਕੋਈ ਕੁੜੀ ਆ ਡੰਡੀ ਤੇ ਜਾਊਗੀ ਨਾ ਉਹ ਹੋ ਸਕਦਾ ਜੇ ਤਾਂ ਹੋਈਆਂ ਦੋ ਚਾਰ ਜਣੀਆਂ ਉਹਨਾਂ ਨੇ ਮੈਨੂੰ ਦੱਸਿਆ ਵੀ ਇੰਨਾ ਕੁ ਕਾਦਾ ਇਸ ਤਰ੍ਹਾਂ ਦਾ ਹੈਗਾ ਉਹਨੇ ਮਾੜਾ ਮੋਟਾ ਨਕਸ਼ਾ ਪਰ ਉਹ ਇੱਕੋ ਹੀ ਕੁੜੀ ਸੀਗੀ ਉਹ ਜੋ ਡੰਡੀ ਦਾ ਤੁਰੇ ਤੇ ਮੈਂ ਫਿਰ ਪਿੱਛੋਂ ਦੇਖ ਲਈ ਉਹ ਠੀਕ ਹੈ ਕਦਗਾਠ ਵੀ ਠੀਕ ਸੀਗਾ ਰੰਗ ਰੂਪ ਵੀ ਵਾਹ ਵਾ ਲੱਗਿਆ ਚਲ ਐਨ ਮਤਲਬ ਦੇਖ ਹੀ ਗਈ ਉਹ ਤੇ ਇਸ ਤਰ੍ਹਾਂ ਸਾਡਾ ਗਾਂ ਮੰਗਣਾ ਹੋ ਗਿਆ ਮੇਰਾ ਖਿਆਲ ਇਹਦੇ ਨਾਲ ਹੀ ਕੰਮ ਖਤਮ ਕਰ ਦਈਏ ਕਿਉਂਕਿ ਇਹਨੀ ਸੋਹਦੀ ਗੱਲ ਤੁਸੀਂ ਮੈਨੂੰ ਚੇਤੇ ਕਰਵਾਤੀ ਅੱਜ ਵੀ ਮੈਂ ਉਹ ਸਦਮਾ ਕਾਲਜ ਦਾ ਜਿਹੜਾ ਟੋਟਾ ਉੱਥੋਂ ਦੀ ਲੰਘਦਿਆਂ ਭਾਵੇਂ ਕਾਰ ਚੱਲਾਂਗਾ ਭਾਵੇਂ ਬੱਸ ਤੇ ਕਾਰ ਚੱਲਾਂਗਾ ਤਾਂ ਮੈਂ ਖੜ੍ਹ ਜਾਂਦਾ ਉੱਥੇ ਬੱਸ ਤੇ ਲੰਘਾਂ ਤਾਂ ਬੱਸ ਨੂੰ ਖੜ੍ਹਣਾ ਮੁਸ਼ਕਲ ਹੁੰਦਾ ਪਰ ਬਾਰੀ ਥਾਣੀ ਮੌ ਦੇਖ ਲੈਣਾ ਵੀ ਉਹ ਜਾਂਦੀ ਆ ਡੰਡੀ